ਰਾਮਈਆ ਹੁੰਬਾਰਕ ਤੇਰਾ ਕਾਹ ਨ ਖੰਡ ਚ ਅਵਗੁਣ ਮੇਰਾ ਪਿਆਰੇ ਜੀ ਅਵਗੁਣ ਪੁੱਤਰਾਂ ਦੇ ਸਾਹਿਬ ਜੀ ਅਵਗੁਣ ਪੁੱਤਰਾਂ ਦੇ ਸਾਹਿਬ ਜੀ ਅਵਗੁਣ ਪੁੱਤਰਾਂ
ਰੱਖਦੀ, ਪਿਆਰੇ ਮਾਤਾ ਯਾਦ ਨਾ ਰੱਖਦੀ, ਮਾਤਾ ਯਾਦ ਨਾ ਰੱਖਦੀ, ਹਾਂਜੀ ਮਾਤਾ ਯਾਦ ਨਾ, ਪਿਆਰੇ ਮਾਤਾ ਯਾਦ ਨਾ ਰੱਖਦੀ, ਮਾਇਆ ਚਿੰਤ ਖਵਨ ਮਨ ਪਰਿਓ ਹਮਾਰਾ, ਨਾਮ ਬਿਨਾ ਕੈਸੇ ਉਤਰ ਸੁਪਾਰਾ, ਦੇਹ ਬਿਮਲ ਮਤ ਸਦਾ ਸਰੀਰਾ, ਸਹਿਜ ਸਹਿਜ ਗੁਣ ਰਵੇ ਕਬੀਰਾ, ਪਿਆਰੇ ਜੀ ਅਵਗੁਣ ਪੁੱਤਰਾਂ ਦੇ, ਸਾਹਿਬ ਜੀ ਯਾਦ ਨਾ ਰੱਖਦੀ, ਪਿਆਰੇ ਮਾਤਾ ਯਾਦ ਨਾ ਰੱਖਦੀ, ਹਾਂਜੀ ਮਾਤਾ ਯਾਦ ਨਾ ਰੱਖਦੀ, ਮਾਤਾ ਯਾਦ ਨਾ ਰੱਖਦੀ,
ਤੰਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਉਂਦਾ ਵਿਚਾਰ ਦੇ ਸਨਮੁਖ ਕਰਕੇ ਪੂਰਾ ਪੂਰਾ ਲਾਭ ਉਠਾਉਣ ਦੀ ਖੇਚਲ ਕਰੋ। ਖਿਆਲ ਸੁਰਨਿਆਂ ਨੂੰ ਸੰਕਲਪ ਵਿਕਲਪ ਨੂੰ ਹੀ ਮਨ ਕਹਿੰਦੇ ਹਨ।
ਮਨ ਹੀ ਬਾਰ ਬਾਰ ਕਲਪਨਾ ਕਰਕੇ ਆਪਣੇ ਆਪ ਨੂੰ ਦੁਖੀ ਕਰ ਰਿਹਾ ਹੈ। ਜਿਵੇਂ ਜੰਗਲੀ ਊਠ ਜੰਗਲ ਵਿੱਚ ਫਿਰਦਾ ਹੈ, ਉਸਦੀ ਪੁੱਛੜ ਉਸਦੇ ਲੱਗਦੀ ਹੈ, ਉਸਨੂੰ ਭਰਮ ਪੈਂਦਾ ਮੇਰੇ ਕੋਈ ਡੰਡੇ ਮਾਰਦਾ, ਉਸ ਭਰਮ ਦਾ ਮਾਰਿਆ ਨੱਠਿਆ ਫਿਰਦਾ। ਇਸੀ ਤਰ੍ਹਾਂ ਹੀ ਇਹ ਮਨ ਆਪਣੇ ਫੁਰਨਿਆਂ ਕਰਕੇ ਆਪ ਹੀ ਦੁਖੀ ਹੁੰਦਾ ਹੈ। ਅਗਰ ਇਹਨਾਂ ਫੁਰਨਿਆਂ 'ਤੇ, ਖਿਆਲਾਤ 'ਤੇ, ਥਾਟ ਵੇਵਸ 'ਤੇ ਕਾਬੂ ਪਾ ਲਵੇ, ਆਪਣਾ ਵਸੀਕਾਰ ਪਾ ਲਵੇ, ਇਹਦੇ ਦੁੱਖ ਛਿਣ ਮਾਤਰ ਵਿੱਚ ਸਾਰੇ ਹੀ ਨਸ਼ਟ ਹੋ ਜਾਣ। ਮਨ ਕੀ ਹੈ? ਪੰਜਾਂ ਗਿਆਨ ਇੰਦਰੀਆਂ ਦੁਆਰਾ ਜੋ ਇਹਨਾਂ ਦੇ ਵਿਸ਼ੇ ਹਨ, ਇਹਨਾਂ ਦੀ ਕਲਪਨਾ ਦਾ ਨਾਮ ਹੀ ਮਨ ਹੈ। ਜਦੋਂ ਇਹਨਾਂ ਨੂੰ ਬਾਹਰੋਂ ਰੋਕ ਲਿਆ ਜਾਵੇ, ਮਨ ਵੀ ਨਾਲ ਦੀ ਨਾਲ ਰੁਕ ਜਾਂਦਾ ਹੈ। ਅੱਖਾਂ, ਕੰਨਾਸ਼ੀਆਂ, ਰਸਨਾਤਮਕ ਇੰਦਰੀਏ, ਪੰਜੇ ਗਿਆਨ ਇੰਦਰੀ ਹਨ। ਅੱਖਾਂ ਦੁਆਰਾ ਇਹਨੂੰ ਰੋਕਿਆ ਕਿਵੇਂ ਜਾਵੇ? ਅੱਖਾਂ ਦੁਆਰਾ ਜੋ ਕੁਛ ਦੀਂਦਾ ਸਭ ਨਾਸ਼ਵੰਤ ਹੈ, ਕੰਨਾਂ ਦੁਆਰਾ ਜੋ ਸੁਣਦਾ ਹੈ ਉਹ ਵੀ ਨਾਸ਼ਵੰਤ, ਨਾਸ਼ਕਾਂ ਦੇ ਵਿਸ਼ੇ ਸੁਗੰਧੀ ਦੁਰਗੰਧੀ ਆਦਿ ਇਹ ਵੀ ਨਾਸ਼ਵੰਤ, ਰਸਨਾਂ ਦੇ ਵਿਸ਼ੇ ਖਟਰਸ ਇਹ ਵੀ ਨਾਸ਼ਵੰਤ, ਤੁਚਾਤਕ ਇੰਦਰੀ ਦੇ ਵਿਸ਼ੇ ਜੋ ਕੁਛ ਹੈ ਸਪਰਸ਼ ਆਦਿ ਇਹ ਵੀ ਨਾਸ਼ਵੰਤ। ਜਦੋਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਸਤਜੜ ਦੁੱਖ ਰੂਪ ਜਾਣ ਕੇ ਇਹਨਾਂ ਨੂੰ ਭੁਲਾ ਦਿੱਤਾ, ਮਨ ਕਿੱਥੇ ਉੱਠੂ? ਮਨ ਇਹਨਾਂ ਦਾ ਨਾਮ ਹੀ ਮਨ ਹੈ ਦਰਅਸਲ। ਜਦੋਂ ਇਉਂ ਖਿਆਲਾਤ ਨੂੰ ਵਸੀਕਾਰ ਕਰ ਲਈਏ, ਸੱਤ ਵਸਤੂ ਵਾਹਿਗੁਰੂ ਹੀ ਆ, ਉਸਦਾ ਨਾਮ ਹੈ, ਉਸਦਾ ਜਸ ਹੈ, ਉਸਦੇ ਵਿੱਚ ਜੋੜ ਦਈਏ, ਮਨ ਦੇ ਵਾਸਤੇ ਦੁੱਖ ਨੂੰ ਕੋਈ ਥਾਂ ਹੀ ਨਹੀਂ ਰਹਿ ਜਾਂਦਾ। ਉਸੀ ਵਕਤ ਪਤਾ ਨਹੀਂ ਦੁੱਖ ਕਿੱਧਰ ਕਾਫੂਰ ਹੋ ਜਾਂਦੇ ਹਨ। ਸੋ ਆਓ ਇਉਂ ਖਿਆਲਾਤ ਨੂੰ ਰੋਕ ਕੇ ਹਰੀ ਜਸ ਵਿੱਚ ਲੀਨ ਕਰੋ। ਗੁਰੂ ਜੀ, ਜਿੱਥੇ ਕਿ ਪਹਿਲੇ ਸਮਿਆਂ ਵਿੱਚ ਜਦਕਿ ਲੋਕਾਂ ਦੇ ਸਰੀਰ ਤਕੜੇ, ਨਰੋਏ, ਬਲੀ, ਕੱਦਾਵਰ ਹੁੰਦੇ ਸਨ, ਪ੍ਰਾਣਾਯਾਮ ਆਦਿ ਔਰ ਤਪੱਸਿਆ ਆਦਿ ਦੀਆਂ ਚਾਲਾਂ ਚੱਲਦੇ ਸਨ, ਇਸ ਸਮੇਂ ਦੇ ਸਰੀਰ ਉਤਨੇ ਤਕੜੇ, ਨਰੋਏ, ਬਲੀ ਨਹੀਂ ਹਨ। ਦਿਨ ਬ ਦਿਨ ਕਮਜ਼ੋਰੀਆਂ ਆ ਰਹੀਆਂ ਹਨ, ਆਚਾਰ ਆਹਾਰ ਵਿਵਹਾਰ ਦੀ ਦ੍ਰਿਸ਼ਟੀ 'ਚ ਫਰਕ ਪੈ ਰਿਹਾ ਹੈ, ਇਹੀ ਉਮਰਾਂ ਵੀ ਘਟਾ ਰਹੀਆਂ ਹਨ ਔਰ ਦਿਲ ਦਿਮਾਗ ਸਰੀਰ ਦੇ ਬਲ ਵੀ ਘਟਾ ਰਹੀਆਂ ਹਨ। ਸੋ ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਗੁਰੂ ਬਾਬਾ ਜੀ ਨੇ ਪਹਿਲੇ ਸਮਿਆਂ ਨਾਲੋਂ ਵਿਲੱਖਣ ਜਾਂ ਉਪਦੇਸ਼ ਕਲਿਆਣ ਦਾ, ਜੀਵ ਦੇ ਮੁਕਤ ਦਾ, ਸਾਰੇ ਦੁੱਖਾਂ ਤੋਂ ਬਰੀ ਹੋਣ ਦਾ ਦਿੱਤਾ। ਪ੍ਰਾਣਾਯਾਮ ਦੀ ਬਜਾਏ ਸਿਮਰਨ ਦਾ ਮਾਰਗ ਚਲਾਇਆ ਜੋ ਕਿ ਸੁੱਖ ਹੈ, ਔਰ ਤਪੱਸਿਆ ਦੀ ਥਾਂ ਸੇਵਾ ਨੂੰ ਦਿੱਤੀ। ਤਦੇ ਹੀ ਸੇਵਾ ਔਰ ਭਜਨ ਦੋ ਚੀਜ਼ਾਂ ਦੀ ਮੁਖਤਾ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਵਿੱਚ ਹੈ। ਇਹਨਾਂ ਦੋਨਾਂ ਦੁਆਰਾ ਹੀ ਬੜੇ ਬੜੇ ਉੱਚ ਮਰਾਤਬੇ ਹਾਸਲ ਹੋਏ ਹਨ, ਹੋ ਰਹੇ ਹਨ। ਤਦੇ ਹੀ ਇਉਂ ਫਰਮਾਇਆ, ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਈਂਦਾ। ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਈਂਦਾ। Thank you.
ਕਰਕੇ ਮਾਣ ਪਾਈ ਨਾਮ ਜਪੀਏ ਤਾਂ ਦੂਰ ਹੁੰਦੇ ਸੇਵਾ ਕਰਕੇ ਮਾਣ ਪਾਈ ਦੀ ਵੀ ਬੇਅਰਥ ਨਹੀਂ ਜਾਂਦੀ। ਇੱਕ ਤੁਸੀਂ ਅੰਬ ਦਾ ਫਲਦਾਰ ਦਰਖਤ ਲਗਾਓ, ਕੁਛ ਸਾਲ ਸੇਵਾ ਕਰੋ, ਉਹ ਵੀ ਤੁਹਾਨੂੰ ਮਿੱਠੇ ਮਿੱਠੇ ਅੰਬ ਦੇ ਦੇਗਾ। ਕਿਸੇ ਪਸ਼ੂ ਦੀ ਸੇਵਾ ਵੀ ਬੇਅਰਥ ਨਹੀਂ ਜਾਂਦੀ। ਗਾਂਮਾਂ ਦੀ ਸੇਵਾ ਕਰੋ, ਤੁਹਾਨੂੰ ਦੁੱਧ ਮਿਲੇਗਾ। ਇਸੀ ਤਰ੍ਹਾਂ ਹੀ ਗੁਰੂ ਪਰਮੇਸ਼ਰ ਦੀ ਸੇਵਾ ਕਿਵੇਂ ਬੇਅਰਥ ਚਲੀ ਜਾਵੇ, ਜਦੋਂ ਇਹਨਾਂ ਜੜ ਚੀਜ਼ਾਂ ਦੀ, ਭਾਵੇਂ ਜੜ ਤਾਂ ਨਹੀਂ ਹਨ, ਚੇਤਨ ਸਾਰਿਆਂ 'ਚ ਹੀ ਸਮਾਨ, ਚੇਤਨ ਸਾਰਿਆਂ 'ਚ ਹੀ ਵਿਆਪਕ ਹੈ, ਮਨੁੱਖ ਦੇ ਮੁਕਾਬਲੇ ਦੇ ਵਿੱਚ ਇਹਨਾਂ ਨੂੰ ਜੜ ਮੰਨਿਆ ਜਾਂਦਾ ਹੈ, ਕਹਿਣ ਵਿੱਚ ਕਿਹਾ ਜਾਂਦਾ ਹੈ। ਇਹ ਚੀਜ਼ਾਂ ਦਰਖਤ ਆਦਿ, ਬਿਰਸ਼ ਆਦਿ ਇਹ ਫਲ ਦੇਣੋਂ ਸੇਵਾ ਦਾ ਫਲ ਦਿੰਦੇ ਹਨ। ਅਤੇ ਗੁਰੂ ਪਰਮੇਸ਼ਰ ਜਿਸ ਨੂੰ ਸਾਕਸ਼ਾਤ ਭਗਵਾਨ ਮੰਨਿਆ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦਨ ਭਾਈ ਗੁਰੂ ਪਰਮੇਸ਼ਰ ਏਕੋ ਜਾਣ ਜੋਤਿ ਸੁਭਾਵੇ ਸੋ ਪ੍ਰਵਾਨ। ਗੁਰੂ ਅਤੇ ਪਰਮੇਸ਼ਰ ਵਿੱਚ ਫਰਕ ਹੀ ਨਹੀਂ ਹੈ। ਪਰਮੇਸ਼ਰ ਦਾ ਸਾਕਾਰ ਸਰੂਪ ਗੁਰੂ ਹੈ, ਗੁਰੂ ਦਾ ਨਿਰਾਕਾਰ ਸਰੂਪ ਪਰਮੇਸ਼ਰ ਹੈ। ਸਵਯੋਂ ਉਹ ਉਸਦੀ ਸੇਵਾ ਕਿਵੇਂ ਬੇਅਰਥ ਚਲੀ ਜਾਏ। ਤਾਂ ਤੇ ਬਾਬਾ ਅਮਰਦਾਸ ਜੀ ਨੇ 20-22 ਸਾਲ ਪਹਿਲੀਆਂ 'ਚ ਤੀਰਥ ਯਾਤਰਾ ਆਦਿ ਕੀਤੀ, ਪਰ ਕਿਸੇ ਗੁਰਮੁਖ ਪ੍ਰੇਮੀ ਦੇ ਇਸ਼ਾਰੇ ਦੇ ਮੁਤਾਬਕ
ਗੁਰੂ ਮਿਲਾਪ ਦਾ ਸ਼ੌਕ ਜਾਗਿਆ। ਵੱਡੇ ਭਾਗਾਂ ਨਾਲ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਪ੍ਰਾਪਤ ਹੋਈ, ਗੁਰਦੀਖਿਆ ਪ੍ਰਾਪਤ ਹੋਈ, ਨਾਮ ਦੀ ਦਾਤ ਹਾਸਲ ਹੋਈ, ਚਰਨਾਂ ਵਿੱਚ ਆ ਗਏ। ਵੈਰਾਗ ਬਹੁਤ ਜ਼ਿਆਦਾ ਸੀ, ਉਮਰ ਕਾਫੀ ਹੋ ਗਈ ਸੀ, ਬਚਪਨ ਨੂੰ ਜਵਾਨੀ ਨੇ ਖਾ ਲਿਆ ਸੀ, ਜਵਾਨੀ ਨੂੰ ਬੁਢਾਪੇ ਨੇ, 60-61 ਸਾਲ ਦੀ ਉਮਰ ਹੋ ਚੁੱਕੀ ਹੋਈ ਸੀ। ਇਸ ਉਮਰ ਦੇ ਵਿੱਚ ਵੈਰਾਗਵਾਨ ਪੁਰਸ਼ ਜੋ ਹੈ ਉਹ ਤਾਂ ਭਾਵੇਂ ਕੋਈ ਵੀ ਉਮਰ ਹੋਵੇ, ਉਹ ਹਮੇਸ਼ਾ ਆਪਣੇ ਆਪ ਨੂੰ ਕਾਲ ਦੀ ਗ੍ਰਾਹੀ ਸਮਝਦਾ ਹੈ। ਸਤਸੰਗ ਜਿਤਨਾ ਵੀ ਜੋ ਕੁਛ ਹੈ ਇਹ ਕਾਲ ਦੀਆਂ ਗ੍ਰਾਹੀਆਂ ਹਨ, ਹੋਰ ਕੁਛ ਨਹੀਂ। ਇੱਦਾਂ ਜ਼ਿਆਦਾ ਕਾਲ ਨੇ ਜਦੋਂ ਜੀ ਕਰਨਾ ਜਿਸ ਨੂੰ ਆਪਣੀ ਗ੍ਰਾਹੀ ਬੁਰਕੀ ਬਣਾ ਲੈਣਾ ਹੈ, ਅਤੇ ਇਹ ਇਸ ਗੱਲ ਨੂੰ ਭੁੱਲ ਗਿਆ ਹੋਇਆ ਹੈ। ਜਿਸ ਨੂੰ ਮੌਤ ਯਾਦ ਆ ਜਾਵੇ ਉਹ ਆਪਣੇ ਲੋਕ ਪ੍ਰਲੋਕ ਨੂੰ ਸਹਿਜੇ ਹੀ ਸਫਲੇ ਕਰ ਲੈਂਦਾ ਹੈ। ਮੌਤ ਯਾਦ ਆਇਆ ਚਿੱਤ ਨੂੰ ਵੈਰਾਗ ਹੁੰਦਾ ਹੈ, ਵੈਰਾਗ ਦੁਆਰਾ ਮਨ ਤੋਂ ਮਾਇਆ ਲੈਂਦੀ ਹੈ, ਮਨ ਤੋਂ ਮਾਇਆ ਲਿਆ ਉਸ ਥਾਂ ਰੱਬ ਨੇ ਆ ਕੇ ਨਿਵਾਸ ਕਰਨਾ ਹੈ। ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ, ਕਉ ਨਾਨਕ ਸੁਨ ਰੇ ਮਨਾ ਤੇ ਘਟ ਬ੍ਰਹਮ ਨਿਵਾਸ। ਦਰਅਸਲ ਚੀਜ਼ਾਂ ਹੀ ਦੋਨ ਦੁਨੀਆਂ 'ਤੇ, ਇੱਕ ਪਰਮੇਸ਼ੁਰ ਹੈ, ਦੂਸਰੀ ਉਸਦੀ ਮਾਇਆ, ਕਹੀਏ ਅਵਿਦਿਆ, ਅਗਿਆਨ, ਭੁੱਲ, ਅਨੇਕਾਂ ਨਾਮ ਹਨ ਉਸਦੇ। ਵੈਰਾਗ ਦੁਆਰਾ ਉਹ ਮਨ ਤੋਂ ਲੈ ਜਾਂਦੀ ਹੈ, ਦੂਸਰੀ ਵਸਤੂ ਪਰਮੇਸ਼ਰੀ ਉਸ ਮਨ ਰੂਪੀ ਸਿੰਘਾਸਣ 'ਤੇ ਆ ਨਿਵਾਸ ਕਰਦਾ। ਅਤੇ ਨਾਮੇ ਯੋਗ ਧਿਆਨ ਚਿਤ ਲਾਇਆ, ਬਿਨ ਵੈਰਾਗ ਨਾ ਛੂਟ ਸਮਾਇਆ। ਵੈਰਾਗ ਤੋਂ ਬਿਨਾਂ ਭਾਵੇਂ ਇਨਸਾਨ ਘਰ ਛੱਡ ਕੇ, ਰਾਜ ਭਾਗ ਛੱਡ ਕੇ, ਰੋਈਆਂ ਜੰਗਲਾਂ ਵਿੱਚ ਚਲਾ ਜਾਏ, ਪਹਾੜ ਦੀਆਂ ਕੰਧਰਾਂ ਵਿੱਚ ਜਾ ਛੁਪੇ, ਸਰੀਰ 'ਤੇ ਕੋਈ ਬਸਤਰ ਨਾ ਪਹਿਨੇ, ਪੁੱਠਾ ਲਟਕੀ ਜਾਵੇ, ਕਲਵੱਤਰ ਲੈ ਲਵੇ, ਕੁਛ ਵੀ ਬਾਜ ਸਾਧਨ ਕਰਦਾ ਰਹੇ, ਤਾਂ ਜਿੰਨੀ ਦੇਰ ਤੱਕ ਮਨ ਤੋਂ ਮਾਇਆ ਲੈਂਦੀ ਨਹੀਂ ਉਤਨੀ ਦੇਰ ਤੱਕ ਅੰਦਰ ਵਾਹਿਗੁਰੂ ਦਾ ਨਿਵਾਸ ਹੁੰਦਾ ਨਹੀਂ। ਤਾਂ ਤੇ ਵੈਰਾਗ ਦੁਆਰਾ ਮਨ ਤੋਂ ਮਾਇਆ ਲੈਂਦੀ ਹੈ। ਬਾਬਾ ਅਮਰਦਾਸ ਜੀ ਨੂੰ 60-61 ਸਾਲ ਦੀ ਉਮਰ ਹੋਣ ਕਰਕੇ ਮਨ ਵਿੱਚ ਜ਼ਿਆਦਾ ਵੈਰਾਗ ਹੈ, ਚਾਹੁੰਦੇ ਹਨ ਮਨ ਅੰਦਰ ਨਾਮ ਦਾ ਸਿਮਰਨ ਤਾਂ ਹੋ ਰਿਹਾ ਹੈ, ਦਮ ਦਮ ਹੋ ਰਿਹਾ ਹੈ, ਰੋਮ ਰੋਮ ਵਿੱਚੋਂ ਨਾਮ ਦੀ ਧੁਨੀ ਆ ਰਹੀ ਹੈ, ਹਰ ਇੱਕ ਦੇ ਸਰੀਰ ਵਿੱਚ ਵਾਹਿਗੁਰੂ ਨਾਮ ਦਾ ਨਿਵਾਸ ਹੈ। ਸਤਸੰਗ ਨੌਨਿਧ ਅੰਮ੍ਰਿਤ ਪੁਰਬ ਕਾ ਨਾਮ, ਦੇਹੀ ਮੈਂ ਇਸ਼ਕਾ ਵਿਸ਼ਰਾਮ। ਨੌਨਿਧੀਆਂ ਦਾ ਦਾਤਾ ਵਾਹਿਗੁਰੂ ਦਾ ਨਾਮ, ਉਹਦਾ ਵਿਸ਼ਰਾਮ ਹਰ ਇੱਕ ਸਰੀਰ ਦੇ ਵਿੱਚ ਹੈ, ਪੈਰ ਦੇ ਅੰਗੂਠੇ ਤੋਂ ਲਾ ਕੇ ਸਿਰ ਦੀ ਚੋਟੀ ਤੱਕ ਨਾਮ ਦਾ ਨਿਵਾਸ ਹੈ। ਦਮ ਦਮ ਨਿਵਾਸ, ਦਮ ਦਮ ਦੇ ਨਾਲ ਸਿਮਰਨ ਹੋ ਰਿਹਾ ਹੈ, ਪਰਾ ਬਾਣੀ ਵਿੱਚ ਸਿਮਰਨ ਹੋ ਰਿਹਾ ਹੈ, ਹਿਰਦੇ ਵਿੱਚ ਸਿਮਰਨ ਹੋ ਰਿਹਾ ਹੈ, ਮੱਧਮਾ 'ਚ ਸਿਮਰਨ ਹੋ ਰਿਹਾ ਹੈ, ਅੱਖਾਂ ਦੇ ਮਧ ਵਿੱਚ ਸਿਮਰਨ ਹੋ ਰਿਹਾ ਹੈ, ਤ੍ਰਿਪਤੀ 'ਚ ਸਿਮਰਨ ਹੋ ਰਿਹਾ ਹੈ, ਦਸਵੇਂ ਦੁਆਰ 'ਚ ਸਿਮਰਨ ਹੋ ਰਿਹਾ ਹੈ, ਸਿਮਰਨ ਰੋਮ ਰੋਮ ਵਿੱਚੋਂ ਸਿਮਰਨ ਹੋ ਰਿਹਾ ਹੈ। ਤਾਂ ਤੇ ਜਿਸ ਵਕਤ ਚਿੱਤ ਵਿੱਚ ਵੈਰਾਗ ਹੁੰਦਾ ਹੈ ਔਰ ਪਿਛਲੇ ਪੂਰਵਲੇ ਗਲਤ ਸੰਸਕਾਰ, ਬੁਰੇ ਸੰਸਕਾਰ ਉਹ ਮਨ ਤੋਂ ਲੈ ਜਾਂਦੇ ਹਨ, ਉਸ ਮੌਕੇ ਸ਼ੌਕ ਹੋਵੇ ਇਸਨੂੰ ਉਸ ਭੇਦ ਦਾ, ਜੁਗਤੀ ਸਿਮਰਨ ਦੀ ਦਾ ਪਤਾ ਲੱਗ ਜਾਏ ਤਾਂ ਹਰ ਵਕਤ ਹੀ ਸਿਮਰਨ ਹੋ ਰਿਹਾ ਹੈ। ਇਉਂ ਬਾਬਾ ਅਮਰਦਾਸ ਜੀ ਨੇ ਸੋਚਿਆ ਵੀ ਸਿਮਰਨ ਤਾਂ ਹੋ ਰਿਹਾ ਹੈ, ਗੁਰੂ ਦੀ ਦਾਤ, ਨਾਮ ਦੀ ਦਾਤ ਮਿਲ ਗਈ ਹੈ ਗੁਰੂ ਕਿਰਪਾ ਸੇ, ਪਰ ਜਲਦੀ ਕਾਰਜ ਰਾਸ ਹੋਣਾ ਚਾਹੀਦਾ, ਹੋਰ ਵੀ ਕੋਈ ਉਪਾਅ ਹੋਣਾ ਚਾਹੀਦਾ। ਸੋਚਿਆ ਸਰੀਰ ਕਰਕੇ ਸੇਵਾ ਕਰੀਏ। ਪਹਿਲੇ ਸਮਿਆਂ 'ਚ ਲੋਕ ਤਪੱਸਿਆ, ਕਠਿਨ ਤਪੱਸਿਆ ਔਰ ਪ੍ਰਾਣਾਯਾਮ ਆਦਿ ਕਰਦੇ ਸੇ, ਲੇਕਿਨ ਹੁਣ ਸਿਮਰਨ ਔਰ ਸੇਵਾ ਕੀਤੀ ਜਾਏ, ਇਸ ਸਮੇਂ ਦਾ ਮਾਰਗ ਜਲਦੀ ਕਾਰਜ ਰਾਸ ਹੋ ਜਾਵੇ। ਸੋ ਸੇਵਾ, ਆਪ ਜੀ ਨੇ ਇਹ ਵਿਚਾਰ ਕੇ ਕਈ ਦਿਨ ਸੇਵਾ ਦੇ ਵਾਸਤੇ ਕਮਰ ਕਸਾ ਕੀਤਾ।
ਸੇਵਾ ਗੁਰੂ ਪੀਰਾਂ ਕੀ ਚਾਕਰੀ ਸੇਵਾ ਬੜੀ ਉੱਚੀ ਅਤੇ ਸੁੱਚੀ ਮਤ ਨਾਲ ਹੋਇਆ ਕਰਦੀ ਹੈ। ਅਣਜਾਣ ਸੇਵਾ ਕਰਕੇ ਗਵਾ ਵੀ ਲੈਂਦਾ ਹੈ, ਲੇਕਿਨ ਉੱਚੀ ਸੁੱਚੀ, ਜਿਤਨਾ ਵੱਡਾ ਕੰਮ ਉਤਨਾ ਉਸਦੇ ਵਾਸਤੇ ਸਵੱਛ ਬੁੱਧ ਦੀ ਜ਼ਰੂਰਤ ਹੈ, ਤੀਕਸ਼ਣ ਬੁੱਧ ਦੀ ਜ਼ਰੂਰਤ ਹੈ। ਤਾਂ ਅਤੇ ਸੇਵਾ ਦੀ ਬਾਬ ਫਰਮਾਇਆ ਗੁਰੂ ਪੀਰਾਂ ਕੀ ਚਾਕਰੀ ਮਹਾਂ ਕਰੜੀ, ਸੁਖਸਾਰ ਗੁਰੂ ਪੀਰਾਂ ਦੀ ਜਿਹੜੀ ਸੇਵਾ ਹੈ ਹੈ ਬੜੀ ਕਰੜੀ, ਲੇਕਿਨ ਉਹਦਾ ਫਲ ਸਾਰ ਸੁੱਖ ਅਵਿਨਾਸ਼ੀ ਸੁੱਖ ਉਸਦੀ ਪ੍ਰਾਪਤੀ ਹੁੰਦੀ ਹੈ। ਨਦਰ ਕਰੇ ਜਿਸ ਆਪਣੀ ਸਲਾਹੇ ਹਿਤ ਪਿਆਰ, ਸਤਿਗੁਰ ਕੀ ਸੇਵਾ ਲੱਗਿਆ ਫੌਜਲ ਤਰੇ ਸੰਸਾਰ। ਫੌਜਲ ਤਰ ਜਾਈਂਦਾ ਸਤਿਗੁਰ ਦੀ ਸੇਵਾ ਕਰਕੇ, ਫੌਜਲ ਤਰ ਜਾਈਂਦਾ ਸਤਿਗੁਰ ਦੀ ਸੇਵਾ ਕਰਕੇ, ਜੀ ਨੇ ਸਿਮਰਨ ਮਨ ਕਰਕੇ ਤਨ ਕਰਕੇ ਸੇਵਾ ਆਰੰਭੀ। ਨਾਮ ਰੂਪੀ ਤਨ ਔਰ ਸੇਵਾ ਰੂਪੀ ਤਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਇਉਂ ਸੇਵਾ ਕਿਹੋ ਜੀ? ਗੁਰੂ ਕੇ ਲੰਗਰ ਦੀ ਸੇਵਾ, ਪਾਣੀ ਢੋਣਾ, ਜੂਠੇ ਬਰਤਨ ਸਾਫ਼ ਕਰਨੇ, ਝਾੜੂ ਦੇਣੇ, ਸਾਧ ਸੰਗ ਦੇ ਜੁੱਤੇ ਝਾੜਨੇ, ਹੋਰ ਬੇਅੰਤ ਕਿਸਮ ਦੀ ਸੇਵਾ ਜਿਹੋ ਜੀ ਮਿਲ ਜਾਏ, ਯਾਨੀ ਬਿਨਾਂ ਆਲਸ ਅਤੇ ਹਿੰਮਤ ਦੇ ਨਾਲ ਸੇਵਾ ਰੂਪੀ ਤਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਨਿਰੰਤਰ ਅੰਦਰ ਨਾਮ ਦਾ ਸਿਮਰਨ ਹੋ ਰਿਹਾ ਹੈ, ਸਰੀਰ ਕਰਕੇ ਸੇਵਾ, ਕਿਸੇ ਨਾਲ ਗੱਲਬਾਤ ਨਹੀਂ, ਕਿਸੇ ਨਾਲ ਕਿਸੇ ਕਿਸਮ ਦਾ ਹੋਰ ਕੋਈ ਵੀ ਕੰਸਰਨ ਨਹੀਂ, ਸਿਰਫ ਸਰੀਰ ਕਰਕੇ ਸੇਵਾ, ਮਨ ਕਰਕੇ ਭਜਨ। ਇਸ ਸੇਵਾ ਤੋਂ ਇਲਾਵਾ ਉਹਨਾਂ ਨੇ ਇੱਕ ਹੋਰ ਕਠਿਨ ਸੇਵਾ ਆਰੰਭੀ। ਆਪਣੇ ਸ਼ੌਕ ਵਿੱਚ ਆ ਕੇ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਨੇ ਦਰਿਆ ਬਿਆਸ ਚਾਰਕੋ ਦੇ ਫਾਸਲੇ 'ਤੇ ਹੈ, ਰਾਤ ਦੇ
ਪਹਿਰ ਸਵਾ ਪਹਿ ਰਾਤ ਗੁਜ਼ਰ ਜਾਂਦੀ, ਰਾਤ ਦਾ ਸਤਸੰਗ ਹੁੰਦੇ ਹਾਂ, ਉਹਦੀ ਸਮਾਪਤੀ ਤੋਂ ਬਾਅਦ ਕੀਰਤਨ ਕਥਾ ਵਾਰਤਾ ਤੋਂ ਬਾਅਦ ਆਪ ਜੀ ਨੇ ਗਾਗਰ ਮੋਢੇ ਉਠਾਉਣੀ ਔਰ ਜਲ ਦੀ ਗਾਗਰ ਲੈਣ ਵਾਸਤੇ ਦਰਿਆ ਬਿਆਸ ਤੋਂ ਦੋ ਕੁ ਫੁੱਟ ਪਹਿਰੇ ਜਾਣਾ। ਗੁਰੂ ਅਦਬ ਨੂੰ ਮੱਦੇ ਨਜ਼ਰ ਰੱਖਦੇ ਹਾਂ, ਗੁਰੂ ਵੱਲ ਕਿਤੇ ਪਿੱਠ ਨਾ ਹੋ ਜਾਵੇ, ਇਸ ਸਤਿਕਾਰ ਨੂੰ ਮੁੱਖ ਰੱਖਦੇ ਹਾਂ। ਸੋ ਉੱਥੇ ਦੋ ਕੁ ਜਾ ਕੇ ਅਰਦਾਸ ਬੇਨਤੀ ਕਰਨੀ, ਪ੍ਰਭੂ ਗਰੀਬ ਨਿਵਾਸ ਖਿਮਾ ਕਰਨਾ, ਹਜ਼ੂਰ ਵੱਲ ਪਿੱਠ ਹੋ ਰਹੀ ਹੈ, ਬੇਅਦਬੀ ਹੋ ਰਹੀ ਹੈ, ਸੱਚੇ ਪਾਤਸ਼ਾਹ ਮਾਫ਼ ਕਰਨਾ। ਇਉਂ ਅਰਦਾਸ ਬੇਨਤੀ ਕਰਕੇ ਫਿਰ ਦਰਿਆ ਬਿਆਸ ਵੱਲ ਮੂੰਹ ਕਰਨਾ, ਫਿਰ ਜਲਦੀ ਗਾਗਰ ਫਰ ਕੇ ਉੱਥੇ ਆ ਕੇ ਫਿਰ ਦਮ ਲੈਣਾ, ਉੱਚਾ ਜਿਹਾ ਥਾਂ ਬਣਾਇਆ ਸੀ ਜਿੱਥੇ ਅੱਜ ਗੁਰਦੁਆਰਾ ਦਮਦਮਾ ਸਾਹਿਬ ਨਾਮ ਕਰਕੇ ਸੁਸ਼ੋਭਿਤ ਹੈ, ਖਡੂਰ ਸਾਹਿਬ ਔਰ ਗੋਇੰਦਵਾਲ ਸਾਹਿਬ ਦੇ ਦਰਮਿਆਨ ਦੇ ਵਿੱਚ, ਜਿੱਥੇ ਆਪ ਅਰਦਾਸ ਕਰਦੇ ਜਾਣ ਵੇਲੇ ਉੱਥੇ ਤੱਕ ਪਟਪਹਿਰੇ ਜਾਂਦੇ, ਆਉਣ ਵੇਲੇ ਗਾਗਰ ਰੱਖ ਕੇ ਉੱਥੇ ਉੱਚਾ ਥਾਂ ਬਣਾਇਆ ਸੀ, ਦਮ ਲੈਂਦੇ ਸਨ, ਇਸੀ ਕਰਕੇ ਉਸਦਾ ਨਾਂ ਦਮਦਮਾ ਸਾਹਿਬ। ਸਵਯੰ ਗੁਰੂ ਜੀ ਅੰਮ੍ਰਿਤ ਵੇਲੇ ਪਹਿਰ ਸਵਾ ਪਹਿਰ ਰਾਤ ਰਹੇ ਨੇ ਇਸ਼ਨਾਨ, ਸੋਧ ਕੇ ਸੋਚ ਦਾ ਤਨਕੁੱਲਾ ਇਸ਼ਨਾਨ ਕਰਕੇ ਸਰੀਰ ਦੀ ਸ਼ੁੱਧੀ ਦੁਆਰਾ, ਸੋ ਇਸ ਰੂਪ ਦੇ ਧਿਆਨ ਵਿੱਚ ਸਮਾਧੀ ਵਿੱਚ ਜੁੜਦੇ ਸਨ। ਉਹ ਆਨੰਦ ਦਾ ਸਾਗਰ ਜੋ ਵਾਹਿਗੁਰੂ ਹੈ ਉਸ ਦੇ ਵਿੱਚ ਬਿਰਤੀ ਲਗਾ ਕੇ ਉਸ ਆਨੰਦ ਦੇ ਸਮੁੰਦਰ ਵਿੱਚ ਲੀਨ ਹੁੰਦੇ ਸਨ। ਸਵਯੰ ਇਸ਼ਨਾਨ, ਉਸ ਇਸ਼ਨਾਨ ਵਾਸਤੇ ਆਪ ਜੀ ਰੋਜ਼ਾਨਾ ਜਲਦੀ ਗਾਗਰ ਲੈ ਕੇ ਆਉਂਦੇ, ਉਸ ਵਕਤ 'ਤੇ ਪਹਿਲੇ ਪਹਿਲੇ ਪਹੁੰਚਦੇ, ਉਸ ਜਲ ਦੇ ਨਾਲ ਇਸ਼ਨਾਨ ਕਰਵਾਉਣਾ। ਸਤਸੰਗ ਜਲ ਭਾਵੇਂ ਉੱਥੇ ਵੀ ਬੜਾ ਸੀ, ਜਲ ਦਾ ਘਾਟਾ ਨਹੀਂ ਸੀ, ਪਰ ਪ੍ਰੇਮ ਦੀਆਂ ਖੇਲਾਂ ਕੁਛ ਅਸਚਰਜ ਹੀ ਹੁੰਦੀਆਂ ਹਨ, ਇਸ ਨੂੰ ਪ੍ਰੇਮੀ ਹੀ ਜਾਣਦੇ ਹੈ। ਇਉਂ ਆਪ ਜੀ ਨੇ ਇਹ ਪ੍ਰਣ ਪ੍ਰਣ 'ਤੇ ਇੱਕ ਦੀਵੇ ਲਗਾਉਣ ਦਾ ਬੜਾ ਮੁਸ਼ਕਲ ਹੋਇਆ ਕਰਦਾ, ਨਿਭਾਉਣਾ ਹੋਵੇ ਜੀ ਇਹ ਪ੍ਰਣ, ਗਰਮੀ ਸਰਦੀ ਮੀਂਹ ਕਣੀ ਕੁਛ ਵੀ ਹੈ, ਕਿਹੋ ਜਿਹੇ ਮੌਸਮ ਬਦਲਦੇ ਰਹਿੰਦੇ ਨੇ, ਜਾਣਦੇ ਹੀ ਉਸ ਸਾਲ ਭਰ ਦੇ ਵਿੱਚ ਕਿਤਨੇ ਮੌਸਮਾਂ ਦੀ ਤਬਦੀਲੀ ਹੁੰਦੀ, ਗਰਮੀ ਸਰਦੀ ਦੇ ਅਨੇਕ ਮੌਸਮ ਆਉਂਦੇ, ਪਰ ਆਪ ਜੀ ਨੇ ਇਸੀ ਤਰ੍ਹਾਂ ਰੋਜ਼ਾਨਾ 11 ਸਾਲ ਤੱਕ ਪੂਰਾ ਪੂਰਾ ਪੜ੍ਹਨ ਨਿਭਾਇਆ, ਇੱਕ ਦਿਨ ਵੀ ਨਾਗਾ ਨਹੀਂ ਪੈਣ ਦਿੱਤਾ। ਨਿਤਨੇਮ ਦੇ ਵਿੱਚ ਬੜੀ ਤਾਕਤ ਹੈ, ਨਿਤ ਦੇ ਬਾਣੀ ਦੇ ਜਿਹੜੇ ਨਿਯਮ ਜੇ ਕੋਈ ਕਰਦਾ ਉਹਦੇ ਵਿੱਚ ਬੜੀ ਤਾਕਤ ਹੈ, ਸਿਮਰਨ ਅਭਿਆਸ ਦੇ ਨਿਯਮ ਜੀ ਦੇ ਰੱਖੇ ਉਹਦੀ ਬੜੀ ਤਾਕਤ ਹੈ, ਸੇਵਾ ਦੇ ਨਿਯਮ ਹੋਣ ਉਹਦੇ ਬੜੀ ਤਾਕਤ ਹੈ, ਯਾਨੀ ਨਿਯਮ ਨਿਯਮ ਤੋਂ ਬਿਨਾਂ, ਨਿਤਨੇਮ ਤੋਂ ਬਿਨਾਂ ਪ੍ਰੇਮ ਪੈਦਾ ਨਹੀਂ ਹੁੰਦਾ, ਪ੍ਰੇਮ ਤੋਂ ਬਿਨਾਂ ਮਿਲਾਪ ਨਹੀਂ ਹੈ। ਸਵਯੰ ਨਿਤਨੇਮ ਕਰਦੇ 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 ਪ੍ਰੇਮ ਪੈਦਾ ਹੁੰਦਾ, ਫਿਰ ਪ੍ਰੇਮ ਤੋਂ ਅੱਗੇ ਮਿਲਾਪ ਹੈ, ਮਿਲਾਪ ਵਾਹਿਗੁਰੂ ਤੋਂ ਅੱਗੇ ਹੋਰ ਕੋਈ ਚੀਜ਼ ਹੀ ਨਹੀਂ ਹੈ। ਸੋ ਇਸ ਕਰਕੇ ਆਪ ਜੀ ਨੇ ਇਉਂ ਇਹ ਸੇਵਾ ਦਾ ਪ੍ਰਣ ਨਿਭਾਇਆ, ਕਿਤਨਾ ਮੁਸ਼ਕਿਲ ਪ੍ਰਣ ਹੈ ਸਾਧ, ਪਰ ਪ੍ਰੇਮੀਆਂ ਵਾਸਤੇ ਇਹ ਗੱਲਾਂ ਬੜੀਆਂ ਮੁਸ਼ਕਿਲ ਨਹੀਂ ਪ੍ਰਤੀਤ ਹੁੰਦੀਆਂ, ਮਾਮੂਲੀ ਹੋਇਆ ਕਰਦੀਆਂ, ਆਮ ਲੋਕਾਂ ਨੂੰ ਇਹ ਬਹੁਤ ਔਖੀਆਂ ਪ੍ਰਤੀਤ ਹੁੰਦੀਆਂ ਹਨ। ਸੋ ਗੁਰੂ ਘਰ ਵੱਲੋਂ ਸਾਲ ਪਿੱਛੋਂ ਇੱਕ ਸਿਰੇ ਪਾ ਮਿਲਦਾ ਹੁੰਦਾ, ਉਹ ਕਸ ਕੇ ਸਿਰ 'ਤੇ ਬੰਨ ਲੈਣਾ, ਬਸ ਰਾਤ ਨੂੰ ਬੈਠੇ ਰਹਿਣਾ, ਬੈਠੇ ਕਿਤੇ ਨੀਂਦ ਦਾ ਟੂਲਾ ਆ ਗਿਆ, ਆ ਗਿਆ ਨਹੀਂ, 11 ਸਾਲ ਲੰਮੇ ਪੈ ਕੇ ਨਹੀਂ ਸੁੱਤੇ, ਇਤਨੀ ਕਠਿਨ ਖਾਲਣਾ ਖਾ ਲਈ ਸਤਸੰਗ। ਇਉਂ ਇਸੀ ਤਰ੍ਹਾਂ ਸੇਵਾ ਕਰਨ ਲੱਗ ਪਏ, ਨਾਲ ਦੀ ਨਾਲ ਅਸ਼ਚਰਜ ਗੱਲ ਹੈ, ਗੁਰੂ ਅੰਗਦ ਦੇਵ ਮਹਾਰਾਜ ਨੇ 11 ਸਾਲ ਤੱਕ ਨਹੀਂ ਬੁਲਾਇਆ ਉਹਨਾਂ ਨੂੰ, ਇਹ ਜਾਣਦੇ ਸੀ ਗੁਰੂ ਅੰਤਰਜਾਮੀ ਹੈ, ਗੁਰੂ ਸਰਬੱਗ ਹੈ, ਗੁਰੂ ਦਾ ਬਿਰਧ ਹੈ, ਇੱਕ ਤਿਲ ਨਹੀਂ ਭੰਨੇ ਖਾ ਲਏ। ਸੋ ਇਹ ਇਹ ਵੀ ਜਾਣਦੇ ਸਨ ਨਾ ਬੁਲਾਉਣ ਕੀ ਹਰ ਜਾਏ, ਸਭ ਕੁਝ ਜਾਣਦੇ ਹਨ, ਘਟ ਘਟ ਕੇ ਅੰਤਰ ਕੀ ਜਾਣ, ਫਲੇ ਬੁਰੇ ਕੀ ਪੀਰ ਪਛਾਣਤ। ਸੋ ਇਉਂ ਐਡੇ ਵੱਡੇ ਜਿਗਰੇ, ਐਡੇ ਵੱਡੇ ਵੱਡੇ ਪੱਕੇ ਪਹਾੜ ਵਰਗੇ ਇਰਾਦਿਆਂ ਦੇ ਨਾਲ ਸਾਧ ਸਿੰਘ ਇਹੋ ਜਿਹੀ ਸੇਵਾ ਅਤੇ ਭਜਨ ਹੋਇਆ ਕਰਦੇ ਹਨ, ਮਨ ਕਰਕੇ ਭਜਨ ਔਰ ਤਨ ਕਰਕੇ ਸੇਵਾ। ਸੋ ਕਿਸੇ ਨਾਲ ਉਤਨੀ ਦੇਰ ਤੱਕ ਗੱਲਬਾਤ ਨਹੀਂ ਕਰਨੀ, ਕਈ ਇੱਕ ਲੋਕ ਦੁਰਬਚਨ ਵੀ ਕਹਿੰਦੇ ਨੇ, ਕਾਇਦਾ ਹੁੰਦਾ ਦੁਨੀਆਂ ਦੇ ਵਿੱਚ,
ਇਸ ਮਾਰਗ 'ਤੇ ਚੱਲਣ ਵਾਲਿਆਂ ਨੂੰ ਕਈ ਬੋਲੀਆਂ ਵੀ ਮਾਰਦੇ ਹਨ, ਗੁਰਬਚਨ ਵੀ ਕਹਿੰਦੇ ਹੈ, ਪਰ ਉਹਨਾਂ ਦੀ ਪਰਵਾਹ ਕੋਈ ਨਹੀਂ। ਬਹੁਤ ਸਾਰੇ ਉਸਤਤ ਵੀ ਕਰਿਆ ਕਰਦੇ ਹਨ, ਪਰ ਇਹਨਾਂ ਦੋਨਾਂ ਗੱਲਾਂ ਤੋਂ ਉਸਤਤ ਨਿੰਦਾ ਦੋਨਾਂ ਤੋਂ ਉਚੇਰੇ ਰਹਿਣਾ ਹੈ। ਉਸਤਤ ਨਿੰਦਾ ਦੋਏ ਤਿਆਗੋ, ਖੋਜੋ ਪਦ ਨਿਰਵਾਣਾ। ਉਸਤਤ ਨਿੰਦਾ ਦੋਏ ਤਿਆਗੋ, ਖੋਜੋ ਪਦ ਨਿਰਵਾਣਾ ਜੀ। ਉਸਤਤ ਨਿੰਦਾ ਦੋਏ ਖੋਜੋ ਪਦ ਨਿਰਵਾਣਾ ਜੀ। ਪਦ ਨਿਰਵਾਣਾ ਜੀ। ਤੇਗ ਬਹਾਦਰ ਮਹਾਰਾਜ ਨੌਵੇਂ ਪਾਤਸ਼ਾਹ ਜਿਨ੍ਹਾਂ ਨੇ ਹਿੰਦ ਧਰਮ ਦੀ ਰੱਖਿਆ ਵਾਸਤੇ ਦਿੱਲੀ ਵਿੱਚ ਆ ਕੇ ਆਪਣੇ ਪਵਿੱਤਰ ਸਰੀਰ ਦੀ ਬਲੀ ਦਿੱਤੀ, ਕੁਰਬਾਨੀ ਦਿੱਤੀ। ਇਸ ਦੀ ਸ਼ਹਾਦਤ ਗੁਰਦੁਆਰਾ ਸ਼ੀਸ਼ਗੰਜ ਸੁਸ਼ੋਭਿਤ ਹੈ। ਆਪ ਜੀ ਸੰਸਾਰ ਦੇ ਉਧਾਰ ਵਾਸਤੇ ਦੇਸ਼ਾਂਤ ਰਟਣ ਵੀ ਕਰਦੇ ਰਹੇ। ਬਹੁਤ ਦਫ਼ਾ ਸਾਧੂਆਂ ਦੀਆਂ ਮੰਡਲੀਆਂ ਵੀ ਆਪ ਜੀ ਦੇ ਨਾਲ ਰਲ ਜਾਇਆ ਕਰਦੀਆਂ ਸਨ, ਕਿਤੇ ਥੋੜ੍ਹੇ ਕਿਤੇ ਬਹੁਤੇ। ਇੱਕ ਦਫ਼ਾ ਸਾਧੂਆਂ ਨੇ ਪ੍ਰਸ਼ਨ ਕੀਤਾ, ਇੱਕ ਮੰਡਲੀ ਆਈ ਹੋਈ ਸੀ, ਮਹਾਰਾਜ ਪਰਮ ਪਦਵੀ ਦੇ ਕੌਣ ਸੇ ਸਾਧਨ ਹੈ? ਪਰਮ ਪਦਵੀ ਸਭ ਤੋਂ ਉੱਚੀ ਪਦਵੀ, ਉਤਕ੍ਰਿਸ਼ਟ ਪਦਵੀ, ਜਿਸ ਨੂੰ ਪਾ ਕੇ ਹੋਰ ਕੋਈ ਇੱਛਾ ਨਾ ਰਹਿ ਜਾਵੇ।
ਇਹਨੇ ਪ੍ਰਭੂ ਪ੍ਰਾਪਤੀ, ਇਸ ਨੂੰ ਪਾ ਕੇ ਸਾਰੀ ਇੱਛਾ ਸ਼ਾਂਤ ਹੋ ਜਾਣ, ਉਸਦੀ ਪ੍ਰਾਪਤੀ ਦੇ ਕਿਰਪਾ ਕਰਕੇ ਸਾਧਨ ਦੱਸੋ। ਇਹ ਉਹਨਾਂ ਦਾ ਸਵਾਲ ਸੁਣ ਕੇ ਗੁਰੂ ਜੀ ਨੇ ਉਹਨਾਂ ਦੇ ਉੱਤਰ ਵਿੱਚ, ਉਹਨਾਂ ਦੇ ਜਵਾਬ ਵਿੱਚ ਇੱਕ ਸ਼ਬਦ ਉਚਾਰਨ ਕੀਤਾ, ਜਿਸ ਦੇ ਵਿੱਚ ਐਸਾ ਫਰਮਾਨ ਕੀਤਾ, ਸਾਧੋ ਮਨ ਕਾ ਮਾਨ ਤਿਆਗੋ। ਉਹਨਾਂ ਵੱਲ ਇਸ਼ਾਰਾ ਕਰਕੇ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀਤਾ ਤੇ ਐਨ ਸੁਭਾਗੋ, ਸੁਖ ਦੁੱਖ ਦੋਨੋਂ ਸਮਕਰ ਜਾਣੇ ਔਰ ਮਾਨੇ ਅਪਮਾਨਾ, ਹਰਖ ਸੋਗ ਤੇਰੇ ਅਤੀਤਾ ਤਿੰਨ ਜਗ ਤੱਤ ਪਛਾਨਾ, ਉਸਤਤ ਨਿੰਦਾ ਦੋਏ ਤਿਆਗੋ ਖੋਜੋ ਪਦ ਨਿਰਵਾਣਾ, ਜਨ ਨਾਨਕੇ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾਣਾ। ਇਸ ਦੇ ਵਿੱਚ ਫਰਮਾਨ ਕੀਤਾ, ਸਾਧੋ ਵੱਲ ਇਸ਼ਾਰਾ ਕਰਕੇ ਮਨ ਕਾ ਮਾਨ ਤਿਆਗੋ। ਕਈ ਕੁ ਲੋਕਾਂ ਦੇ ਦਿਲਾਂ ਵਿੱਚ ਸਿਰਫ ਘਰ ਬਾਰ ਛੱਡਣ ਮਾਤਰ ਹੀ ਇਹ ਖਿਆਲ ਆ ਜਾਂਦਾ ਵੀ ਬਸ ਇਤਨੇ ਮਾਤਰ ਹੀ ਸਭ ਕੁਛ ਬਣ ਗਿਆ। ਗੁਰੂ ਜੀ ਕਹਿੰਦੇ ਐਸਾ ਨਹੀਂ, ਇੱਕ ਫਾਇਦਾ ਹੈ ਇਸ ਦਾ, ਬਾਅਦ ਬੰਧਨ ਕੱਟੇ ਗਏ। ਸੋ ਅੱਗੇ ਬਹੁਤ ਕੁਛ ਅੱਗੇ ਪਿਆ, ਅੱਗੇ ਕਈ ਸਟੈਪਸ ਅੱਗੇ ਲੈਣੇ ਹਨ ਜਿੱਥੇ ਸੁੱਖ ਦੇ ਘਰ ਵਿੱਚ ਪਹੁੰਚਣਾ ਹੈ। ਤਾਂ ਤੇ ਇਹ ਚਿੱਤ ਵਿੱਚ ਛੋੜ ਦਿਓ, ਆਪਣੇ ਭੇਖ ਮਾਤਰ ਦਾ, ਉੱਪਰਲੀ ਕਿਰਿਆ ਦਾ, ਘਰ ਬਾਰ ਛੱਡਣ ਦਾ, ਚਿੱਤ ਵਿੱਚੋਂ ਮਾਣ ਘੜ ਦੋ, ਸਾਧੋ ਮਨ ਕਾ ਮਾਨ ਤਿਆਗੋ। ਫਿਰ ਕੀ ਕਰੇ ਅੱਗੇ, ਕਾਮ ਕ੍ਰੋਧ ਸੰਗਤ ਦੁਰਜਨ ਕੀਤਾ ਤੇ ਐਨੇ ਸੁਭਾਗੋ, ਕਾਮ ਕ੍ਰੋਧ ਲੋਭ ਹੰਕਾਰ ਜਿਹੜੇ ਆਸਰੀ ਗੁਣ ਹਨ ਮਨ ਨੂੰ ਮੇਲਾ ਕਰਨ ਵਾਲੇ, ਇਹਨਾਂ ਦੀ ਸੰਗਤ ਤਿਆਗੋ। ਇਹਨਾਂ ਦੀ ਬਜਾਏ ਸਤ ਸੰਤੋਖ ਦਿਆ, ਧਰਮ ਵਿਚਾਰ ਸ਼ਾਂਤੀ ਖਿਮਾ ਧੀਰੀ ਆਦਿ ਵੀ ਗੁਣ ਲਿਆਓ। ਕਾਮ ਕ੍ਰੋਧ ਸੰਗਤ ਦੁਰਜਨ ਕੀਤਾ ਤੇ ਐਨੇ ਸੁਭਾਗੋ, ਇੱਕ ਅੱਧੀ ਦਫ਼ਾ ਨਹੀਂ, ਰਾਤ ਦਿਨ ਇਹਨਾਂ ਤੋਂ ਪਰੇ ਰਹੋ, ਇਹਨਾਂ ਨੂੰ ਹਿਰਦੇ ਵਿੱਚ ਆਉਣਾ ਦਿਓ, ਮਨ ਵਿੱਚ ਇਹਨਾਂ ਦਾ ਨਿਵਾਸ ਨਾ ਹੋ ਸਕੇ। ਮਨ ਦੇ ਵਿੱਚ ਇਹਨਾਂ ਤੋਂ ਉਲਟ ਜਿਹੜੇ ਦੈਵੀ ਗੁਣ ਹਨ, ਦੇਵਤਿਆਂ ਵਾਲੇ ਗੁਣ, ਜਿਹਨਾਂ ਦੁਆਰੇ ਅੰਤਕਰਨ ਦੇ ਵਿੱਚ ਬ੍ਰਹਮ ਗਿਆਨ ਉਦੇ ਹੋਣਾ ਹੈ, ਉਹਨਾਂ ਨੂੰ ਲਿਆਓ। ਫਿਰ ਅੱਗੇ ਸੁੱਖ ਦੁੱਖ ਦੋਨੋਂ ਸਮਕਰ ਜਾਣੇ, ਸੰਸਾਰ ਨੂੰ ਵੀ ਝੂਠਾ ਮਿੱਥਿਆ ਜਾਣੋ, ਸਰੀਰ ਨੂੰ ਵੀ ਮਿੱਥਿਆ ਜਾਣੋ, ਸਰੀਰ ਮਿੱਥਿਆ ਅਤੇ ਸੁੱਖ ਦੁੱਖ ਵੀ ਮਿੱਥਿਆ ਹੀ ਹਨ। ਸੁੱਖ ਦੁੱਖ ਦੋਨੋਂ ਸਮ ਕਰ ਜਾਣੋ, ਇਹਨਾਂ ਨੂੰ ਮਿੱਥਿਆ ਜਾਣੋ, ਸੁੱਖ ਵੀ ਮਿੱਥਿਆ ਝੂਠਾ ਹੈ ਅਤੇ ਦੁੱਖ ਵੀ ਮਿੱਥਿਆ। ਔਰ ਮਾਨ ਅਪਮਾਨਾ, ਇੱਜ਼ਤ ਸਤਿਕਾਰ ਔਰ ਬੇਇੱਜ਼ਤੀ, ਇਹ ਵੀ ਦੋਵੇਂ ਮਿੱਥਿਆ ਹਨ। ਸਰੀਰ ਮਿੱਥਿਆ ਅਤੇ ਸਾਰੇ ਕਰਤੱਵ ਵੀ ਮਿੱਥਿਆ ਹਨ। ਆਤਮਾ ਸੱਤ ਹੈ, ਇਸ ਤੋਂ ਇੱਤਰ ਸਭ ਅਸੱਤ ਹੈ। ਸੁੱਖ ਦੁੱਖ ਦੋਨੋਂ ਸਮ ਕਰ ਜਾਣੋ, ਔਰ ਮਾਨ ਅਪਮਾਨਾ, ਹਰ ਸੋਗ ਤੇ ਰਹੇ ਅਤੀਤਾ ਤਿੰਨ ਜਗ ਤੱਤ ਪਛਾਣੋ। ਕਿਸੇ ਵਸਤੂ ਦੇ ਮਿਲੇ ਤੇ ਹਰ ਖੁਸ਼ੀ ਨਹੀਂ ਚਾਹੀਦੀ, ਕਿਸੇ ਵਸਤੂ ਦੇ ਚਲੇ ਗਿਆਂ ਤੇ ਸ਼ੋਕ ਨਹੀਂ ਚਾਹੀਦਾ। ਹਰ ਸ਼ੋਕ ਤੇ ਉੱਚਾ ਰਹੋ, ਉਹਨਾਂ ਨੇ ਆਤਮ ਤੱਤ ਪਰਮਾਤਮਾ ਨੂੰ ਪਛਾਣਿਆ ਜਿਹਨਾਂ ਵਿੱਚ ਇਹ ਗੁਣ ਘੱਟ ਜਾਣਗੇ। ਇਹੀ ਨਹੀਂ ਅੱਗੇ, ਉਸਤਤ ਨਿੰਦਾ ਦੋਏ ਤੇ ਆਗੋ ਖੋਜੋ ਪਦ ਨਿਰਵਾਣਾ। ਉਸਤਤ ਨਿੰਦਾ ਆਪਦੀ ਨਹੀਂ ਕਰਨੀ ਕਿਸੇ ਦੀ, ਜੇ ਤੁਹਾਡੀ ਕਰਦਾ ਉਹਦੀ ਵੀ ਤੁਸੀਂ ਪਰਵਾਹ ਨਾ ਕਰੋ, ਉਹਦੇ ਵੀ ਉੱਚੇ ਰਹੋ। ਇਹ ਦੋਵੇਂ ਚੀਜ਼ਾਂ ਮਨ ਨੂੰ ਖੰਡਾ ਵਿੱਚ ਲੈ ਜਾਂਦੀਆਂ ਹਨ। ਭਗਤ ਨਾਮਦੇਵ ਜੀ ਦੀ ਬਾਬਤ ਆਪਣੇ ਬਹੁਤ ਦਫ਼ਾ ਸੁਣਿਆ, 72 ਦਫ਼ਾ ਸਾਕਾਰ ਰੂਪ ਦੇ ਵਿੱਚ ਨਾਮਦੇਵ ਜੀ ਨੂੰ ਭਗਵਾਨ ਦੇ ਦਰਸ਼ਨ ਹੋਏ ਹੈ। ਉਹਨਾਂ ਪਾਸ ਉਹਨਾਂ ਸਮਿਆਂ ਵਿੱਚ ਵਿੱਦਿਆ ਬੜੀ ਘੱਟ ਸੀ, ਧਾਰਮਿਕ ਵਿੱਦਿਆ ਧਰਮ ਸਥਾਨਾਂ 'ਤੇ ਸੰਤਾਂ ਭਗਤਾਂ ਦੇ ਲੋਕ ਗ੍ਰਹਿਣ ਕਰਿਆ ਕਰਦੇ ਸਨ। ਕਿਸੇ ਸ਼ਾਹੂਕਾਰ ਦਾ ਇੱਕ ਲੜਕਾ ਉਹਨਾਂ ਪਾਸ ਕੁਛ ਵਿੱਦਿਆ ਪੜ੍ਹਨ ਵਾਸਤੇ ਭੇਜਿਆ ਹੋਇਆ। ਇੱਕ ਦਿਨ ਉਸਦੀ ਮਾਤਾ ਨੇ ਬੱਚੇ ਦੀ ਨੇ ਚੰਗੇ ਚੰਗੇ ਕੀਮਤੀ ਗਹਿਣੇ ਪਹਿਨਾ ਕੇ ਉਹਨੂੰ ਭੇਜ ਦਿੱਤਾ
ਭਗਤ ਜੀ ਨੇ ਸੋਚਿਆ, ਬੱਚਾ ਹੈ, ਬਹੁਤ ਨਿਆਣਾ ਹੈ, ਰਸਤੇ ਵਿੱਚ ਜਾਂਦਿਆਂ ਕਿਸੇ ਲੋਭੀ ਨੇ ਅੰਦਰ ਵਾੜ ਕੇ ਇਹਦਾ ਗਲ ਘੁੱਟ ਦਿੱਤਾ, ਇਹਨਾਂ ਗਹਿਣਿਆਂ ਦੇ ਲਾਲਚ ਵਿੱਚ ਇਹਦੀ ਜ਼ਿੰਦਗੀ ਬਰਬਾਦ ਜਾਏਗੀ, ਅੱਛੀ ਗੱਲ ਨਹੀਂ, ਇਹ ਗਲਤੀ ਕੀਤੀ ਇਸ ਦੀ ਮਾਤਾ ਨੇ, ਬਿਹਤਰ ਆ ਇਸਦੇ ਗਹਿਣੇ ਅੱਜ ਲਾ ਕੇ ਰੱਖ ਲਈਏ, ਇਹਨਾਂ ਨੂੰ ਵਾਪਸ ਕਰ ਦਿਆਂਗੇ ਅੱਗੇ ਵਾਸਤੇ, ਉਹਨਾਂ ਨੂੰ ਇਹ ਹਦਾਇਤ ਕਰ ਦਿੱਤੀ ਜਾਏਗੀ ਜੇ ਬੱਚਾ ਪੁਰਾਣੇ ਗਹਿਣੇ ਪਾ ਕੇ ਨਹੀਂ ਭੇਜਣਾ ਹੋਏਗਾ। ਫਿਰ ਭਗਤ ਜੀ ਨੇ ਗਹਿਣੇ ਲਹਾਲੇ ਰੱਖ ਲਏ ਰੁਮਾਲ 'ਚ ਬੰਨ ਕੇ, ਬੱਚਾ ਘਰ ਗਿਆ। ਮਾਤਾ ਪੁੱਛਦੀ ਹੈ, ਬੇਟਾ ਤੇਰੇ ਗਹਿਣੇ ਕਿੱਥੇ ਹਨ? ਨਿਆਣਾ ਸੀ, ਬੱਚਾ ਸੀ, ਅੰਦਰਲੇ ਸਬੱਬ ਦਾ ਪਤਾ ਨਹੀਂ ਸੀ, ਕਿਉਂ ਲਾਹੇ ਹਨ? ਉਹਨੇ ਕਹਿ ਦਿੱਤਾ ਭਗਤ ਜੀ ਨੇ ਲਾਹੇ ਹਨ। ਮਾਤਾ ਨੂੰ ਤਾਂ ਘਬਰਾਹਟ ਪੈਦਾ ਹੋਵੇ, ਹੈਂ ਭਗਤ ਨੇ ਗਹਿਣੇ ਲਾ ਲਏ, ਭਗਤ ਕਾਹਦਾ ਠੱਗ ਹੈ। ਉਸਨੇ ਦੂਜੀ ਮਾਈ ਕੋਲ, ਤੀਜੀ ਕੋਲ, ਸਾਰੇ ਸ਼ਹਿਰ ਦੇ ਵਿੱਚ ਭਗਤ ਨਾਮਦੇਵ ਜੀ ਦੀ ਨਿੰਦਿਆ ਪ੍ਰਚਲਿਤ ਹੋ ਗਈ, ਲੋਕਾਂ ਦਾ ਭਗਤ ਹੈ, ਗਹਿਣੇ ਲਾ ਲਏ ਮੁੰਡੇ ਦੇ, ਪੜ੍ਹਨ ਪਾਇਆ ਸੀ, ਉਹ ਤਾਂ ਠੱਗ ਹੈ। ਇਹੋ ਜਿਹਾ ਦੂਜੇ ਦਿਨ ਉਸਦਾ ਪਿਤਾ ਛੱਡਣ ਵਾਸਤੇ ਗਿਆ ਪੜ੍ਹਨ ਵਾਸਤੇ ਬੱਚੇ ਨੂੰ, ਉਹ ਰੁਮਾਲ 'ਚ ਬੰਨੇ ਗਹਿਣੇ, ਨਾਮਦੇਵ ਜੀ ਨੇ ਉਹਦੇ ਗ੍ਰਹਿ, ਦੇਖੋ ਭਾਈ ਗਿਣ ਲਓ, ਠੀਕ ਹਨ, ਪਰ ਗੱਲ ਇਹ ਹੈ ਜੇ ਬੱਚਾ ਪੜਾਉਣਾ ਸਾਡੇ ਪਾਸ ਗਹਿਣਾ ਪਾ ਕੇ ਨਹੀਂ ਭੇਜਣਾ ਹੋਏਗਾ, ਕੱਲ੍ਹ ਜੇ ਤਾਂ ਜਾਂਦੇ ਤਾਂ ਕੋਈ ਗੱਲ ਘੋਟ ਦਿੰਦਾ ਅੰਦਰ ਵਾੜ ਕੇ, ਤੁਸੀਂ ਬੱਚਾ ਸਾਥੋਂ ਮੰਗਣਾ ਸੀ, ਅੱਛੀ ਗੱਲ ਨਹੀਂ ਹੈ। ਖੈਰ ਉਹ ਗਹਿਣੇ ਘਰ ਲਿਜਾ ਕੇ ਸ਼ਾਹੂਕਾਰ ਨੇ ਆਪਣੇ ਘਰਵਾਲੀ ਨੂੰ ਦੇ ਦਿੱਤੇ, ਬਹੁਤ ਖੁਸ਼ ਹੋਈ। ਹੁਣ ਉਸਨੇ ਦੂਸਰੀ ਸ਼ਕਲ ਵਿੱਚ ਕਹਿਣਾ ਸ਼ੁਰੂ ਕਰ ਦਿੱਤਾ, ਭੈਣੇ ਭਗਤ ਤਾਂ ਬੜਾ ਚੰਗਾ ਹੈ, ਬੱਚੇ ਦੀ ਜਾਨ ਬਚਾਤੀ, ਇਉਂ ਹੈ ਇਉਂ ਹੈ। ਦੂਸਰੇ ਦਿਨ ਸਾਰੇ ਸ਼ਹਿਰ ਦੇ ਵਿੱਚ ਉਸਤਤੀ ਆਉਣ ਲੱਗ ਪਈ। ਕਿਸੇ ਸੱਜਣ ਨੇ ਆ ਕੇ ਕਿਹਾ, ਭਗਤ ਜੀ ਪਰਸੋਂ ਤੁਹਾਡੀ ਬੜੀ ਨਿੰਦਾ ਹੁੰਦੀ ਸੀ ਸ਼ਹਿਰ ਦੇ ਵਿੱਚ, ਕੱਲ੍ਹ ਬੜੀ ਉਸਤਤੀ ਹੁੰਦੀ ਸੀ, ਪਹਿਲੇ ਤਾਂ ਕੁਛ ਅਣਸੁਣੀ ਜਿਹੀ ਗੱਲ ਕਰ ਦਿੱਤੀ, ਫਿਰ ਜਦੋਂ ਉਸਨੇ ਦੋ ਤਿੰਨ ਦਫ਼ਾ ਕਿਹਾ, ਉੱਥੇ ਕੁਛ ਰਾਖ ਪਈ ਸੀ, ਸੁਭਾਅ ਪਈ ਸੀ, ਦੋਵੇਂ ਮੁੱਠੀਆਂ ਭਰ ਰਹੀਆਂ, ਕਹਿਣ ਲੱਗੇ ਕੀ ਗੱਲ ਕਹੀ ਭਾਈ? ਕਹਿੰਦੇ ਪਰਸੋਂ ਤੁਹਾਡੀ ਬੜੀ ਨਿੰਦਾ ਹੁੰਦੀ ਸੀ, ਲੋਕ ਕਹਿੰਦੇ ਸੀ ਭਗਤ ਕਾਹਦਾ ਠੱਗ ਹੈ, ਅਤੇ ਕੱਲ੍ਹ ਬੜੀ ਉਸਤਤੀ ਹੁੰਦੀ ਸੀ, ਭਗਤ ਬੜਾ ਚੰਗਾ ਹੈ। ਦੋਵੇਂ ਮੁੱਠੀਆਂ ਸਵਾਹ ਦੀਆਂ ਭਰੀਆਂ, ਇੱਕ ਸਿੱਟ ਕੇ ਕਹਿੰਦੇ ਇਹ ਨਿੰਦਿਆ ਵਾਲਿਆਂ ਦੇ ਸਿਰ 'ਚ, ਆ ਦੂਜੀ ਉਸਤਤ ਵਾਲਿਆਂ ਦੇ ਸਿਰ 'ਚ, ਸਾਨੂੰ ਦੋਨਾਂ ਦੀ ਕੋਈ ਪਰਵਾਹ ਨਹੀਂ, ਉਸਤਤ ਵਾਲੇ ਸਾਡਾ ਕੀ ਵਧਾ ਦੇਣਗੇ, ਨਿੰਦਿਆ ਵਾਲੇ ਸਾਡਾ ਕੀ ਵਿਗਾੜ ਦੇਣਗੇ, ਬਲਕਿ ਨਿੰਦਿਆ ਵਾਲੇ ਨਿੰਦ ਖਮਰੇ ਕੱਪੜੇ ਧੋਏ ਤਾਂ ਗੱਲ ਹੋ ਜਾਏਗੀ, ਉਸਤਤ ਵਾਲੇ ਕੁਛ ਸਵਾਰਦੇ ਨਹੀਂ ਹਨ, ਤਾਂ ਤੇ ਇਹਨਾਂ ਦੋਨਾਂ ਤੋਂ ਉੱਚੇ ਰਹਿਣੇ, ਉਸਤਤ ਨਿੰਦਾ ਦੋਏ ਤਿਆਗੋ, ਖੋਜੋ ਪਦ ਨਿਰਵਾਣ, ਨਿਰਵਾਣ ਪਦ ਵੀ ਵਾਹਿਗੁਰੂ ਅੰਤਰਜਾਮੀ ਸਾਰੇ ਦੁੱਖਾਂ ਤੋਂ ਬਰੀ ਹੈ, ਸੋ ਉਸਨੂੰ ਪਾ ਕੇ ਉਹ ਅਜੇ ਹੋ ਜਾਂਦਾ, ਉਸਦੀ ਖੋਜ ਨਾ ਕਰੋ। ਪਰ ਗੁਰੂ ਤੇਗ ਬਹਾਦਰ ਮਾਰਗ ਕਹਿੰਦੇ ਹਨ, ਉਹਨਾਂ ਸਾਧਾਂ ਪ੍ਰਤੀ ਇਹ ਸਾਧੋ ਜਾਂ ਨਾਨਕੇ ਖੇਲ ਕਠਨ ਹੈ, ਖੇਲ ਤਾਂ ਔਖਾ ਹੈ ਪਰ ਕਿਨਹੂੰ ਗੁਰਮੁਖ ਜਾਣਾ, ਕਿਸੇ ਕਿਸੇ ਗੁਰਮੁਖ ਨੇ ਜਾਣਿਆ। ਉਸਤਤ ਨਿੰਦਾ ਦੋਏ ਤਿਆਗੋ, ਖੋਜੋ ਪਦ ਨਿਰਵਾਨਾ ਜੀ, ਉਸਤਤ ਨਿੰਦਾ ਦੋਏ ਖੋਜੋ ਪਦ ਨਿਰਵਾਨਾ ਜੀ, ਪਦ ਨਿਰਮਾਨਾ ਨਿੰਦਿਆ ਦੋਏ ਕੁਝ
ਪਦ ਨਿਰਵਾਨਾ ਜੀ ਸੇਵਾ ਦੇ ਵਾਸਤੇ ਕਮਰ ਕਸ਼ਾ ਕੀਤਾ, ਕਿਸੇ ਨਾਲ ਗੱਲਬਾਤ ਕੋਈ ਨਹੀਂ, ਦਿਨ ਰਾਤ ਸੇਵਾ ਭਜਨ ਵਿੱਚ ਲੱਗੇ ਰਹਿੰਦੇ ਹਨ। ਕੋਈ ਉਸਤਤੀ ਕਰਦਾ ਉਹਦੀ ਪਰਵਾਹ ਨਹੀਂ, ਕੋਈ ਨਿੰਦਾ ਕਰਦਾ ਉਹਦੀ ਪਰਵਾਹ ਨਹੀਂ। ਆਪਣਾ ਜੋ ਨਿਸ਼ਾਨਾ ਹੈ ਉਸ ਵੱਲ ਬੇਪਰਵਾਹੀ ਨਾਲ, ਪੱਕੇ ਇਰਾਦੇ ਨਾਲ, ਪਹਾੜ ਜੈਸੇ ਪੱਕੇ ਇਰਾਦੇ ਨਾਲ ਚਲੇ ਜਾ ਰਹੇ। ਇਉਂ ਇਸੇ ਤਰ੍ਹਾਂ ਸਾਧ ਜਿਉਂ ਜਿਉਂ ਇਸ ਮਾਰਗ 'ਤੇ ਚੱਲਦਾ ਹੈ, ਸੇਵਾ ਕਰਦਾ, ਮਨ ਦੀ ਸ਼ੁੱਧੀ ਹੁੰਦੀ ਹੈ। ਸੇਵਾ ਮਨ ਨੂੰ ਸ਼ੁੱਧ ਕਰਦੀ ਹੈ ਔਰ ਭਜਨ ਮਨ ਨੂੰ ਇਕਾਗਰ ਕਰਦਾ ਹੈ। ਸ਼ੁੱਧੀ ਔਰ ਇਕਾਗਰਤਾ ਦੇ ਵਿੱਚ ਬਹੁਤ ਸਾਰੇ ਗੁਣ ਔਰ ਬਹੁਤ ਸਾਰੀਆਂ ਤਾਕਤਾਂ ਆ ਜਾਇਆ ਕਰਦੀਆਂ ਹਨ। ਜਬ ਤੇਰੇ ਦਿਲ ਦਰਪਣ ਕੀ ਸਫਾਈ ਹੋ ਜਾਏਗੀ, ਬਾਦਸ਼ਾਹੀ ਤੋਂ ਕਿਆ ਬਲਾ ਹੈ, ਖੁਦ ਖੁਦਾਈ ਹੋ ਜਾਏਗੀ। ਮਨ ਦੀ ਇਕਾਗਰਤਾ ਸ਼ੁੱਧੀ ਵਿੱਚ ਤਾਕਤਾਂ ਹਨ। ਸਯੋਂ ਪਰ ਇਹਨਾਂ ਨੂੰ ਜਜ਼ਬ ਕਰਨਾ। ਮੁਰੀਦ ਮੁਰਦੇ ਦੀ ਨਾਈ ਦੱਸਿਆ, ਮੁਰਦਾ ਹੋਏ ਮੁਰੀਦ ਗੁਰੂ ਗੋਰ ਸਮਾਵੇ। ਮੁਰੀਦ ਮੁਰਦਾ ਹੈ, ਗੁਰੂ ਕਬਰ ਹੈ, ਉਸ ਦੇ ਵਿੱਚ ਉਸਨੇ ਸਮਾ ਜਾਣਾ, ਯਾਨੀ ਆਪਣੇ ਆਪ ਨੂੰ ਗੁਰੂ ਦੇ ਵਿੱਚ ਲਿਵਲੀਨ ਕਰਨਾ ਹੈ, ਆਪਾ ਗਵਾਉਣਾ ਹੈ। ਭਾਈ ਸਾਹਿਬ ਭਾਈ ਗੁਰਦਾਸ ਗੁਰੂ ਘਰ ਦੇ ਵੇਦ ਵਿਆਸ ਮੰਨੇ ਹਨ। ਇੱਕ ਥਾਂ ਮੁਰੀਦ ਦੀ ਡੈਫੀਨੇਸ਼ਨ ਇਉਂ ਦੱਸਦੇ ਨੇ, ਮੁਰਦਾ ਹੋਏ ਨਾ ਮੁਰੀਦ ਗੱਲੀ ਹੋਣਾ, ਮੁਰਦਾ ਹੋਏ ਨਾ ਮੁਰੀਦ ਗੱਲੀ ਹੋਣਾ, ਮੁਰੀਦ
ਫਿਦਾਈ ਤਿੰਨ ਕਿਸਮ ਦੇ ਮੁਰੀਦ ਮੰਨੇ ਹਨ ਸਿੱਖ ਸਿਦਕੀ ਸਿੱਖ ਮਰਜ਼ੀ ਬੜੇ ਸੀ ਯਾਨੀ ਮੁਰੀਦ ਮੁਰੀਦ ਸਾਦਿਕ ਮੁਰੀਦ ਫਿਦਾਈ ਤਾਂ ਸਿੱਖ ਦੂਸਰੇ ਸਿਦਕੀ ਸਿੱਖ ਆਪਣੇ ਸਿਦਕ ਨੂੰ ਰੰਚਕ ਮਾਤਰ ਨਹੀਂ ਡੋਲਣ ਦੇਣ ਤੀਸਰੇ ਮਰਜ਼ੀ ਬੜੇ ਆਪਾਂ ਕੁਰਬਾਨ ਕਰ ਦਿੱਤਾ ਜਮੈਂ ਜੀ ਉਹਨਾਂ ਦੀ ਅਵਸਥਾ ਵੀ ਜਿਹੀ ਜੀ ਕਾਲਣਾ ਐਸੀ ਅਵਸਥਾ ਪ੍ਰਾਪਤ ਹੁੰਦੀ ਹੈ ਇੱਥੇ ਦਸ ਦਿਨ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਮਣਾ ਸਬਰ ਸ਼ੁਕਰ ਸ਼ਹੀਦ ਭਰਮ ਪਾਉ ਖੋਵਣਾ ਗੋਲਾ ਮੁੱਲ ਖਰੀਦ ਕਾਰੇ ਜੋਵਣਾ ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ ਪੱਖੇ ਦੀ ਤਾਕੀਦ ਪਗਮਲ ਧੋਵਣਾ ਪੀਣ ਪੀਣ ਜਦੀਦ ਪਾਣੀ ਢੋਵਣਾ ਚੰਦੋ ਮਾਰਖ ਕੀ ਭੁੱਖ ਲੋਵਣਾ ਇਹਨੇ ਦੱਸਿਆ ਵੀ ਮੁਰਦਾ ਮੁਰੀਦ ਹੈ ਮੁਰਦੇ ਦੀ ਨਹੀਂ ਹੋ ਜਾਵੇ ਗੁਰੂ ਰੂਪੀ ਗੋਰ ਦੇ ਵਿੱਚ ਸਮਾ ਜਾਵੇ ਆਪਾਂ ਵਾਰ ਦੇਵੇ ਇਉਂ ਸੇਵਾ ਕਰਦੇ ਹਾਂ ਭਜਨ ਕਰਦੇ ਹਾਂ ਮਨ ਦੀ ਸ਼ੁੱਧੀ ਔਰ ਮਨ ਦੀ ਇਕਾਗਰਤਾ ਦੁਆਰਾ ਸ਼ਕਤੀਆਂ ਵੀ ਪੈਦਾ ਹੁੰਦੀਆਂ ਤਾਂ ਉਹਨਾਂ ਨੂੰ ਜਜ਼ਬ ਕਰਨਾ ਹੈ ਉਹਨਾਂ ਨੂੰ ਇਸਨੇ ਆਪਣੇ ਵਿੱਚ ਜਜ਼ਬ ਕਰਨਾ ਹੈ ਗੁਪਤ ਰੱਖਣਾ ਹੈ ਸਬਰ ਸ਼ੁਕਰ ਧਾਰਨ ਕਰਨਾ ਹੈ ਸਬਰ ਸ਼ੁਕਰ ਸ਼ਹੀਦ ਪਰਮ ਪਾਉ ਖੋਵਣਾ ਇੱਕ ਦਫ਼ਾ ਰੂਮ ਦਾ ਬਾਦਸ਼ਾਹ ਉਸਨੂੰ ਬੰਦਗੀ ਕਰਨ ਦਾ ਸ਼ੌਕ ਲੱਗਿਆ ਸੋ ਇਸੀ ਵਿਸ਼ੇ 'ਤੇ ਬਹੁਤ ਸਾਰੀਆਂ ਵਿਚਾਰਾਂ ਹੁੰਦੀਆਂ ਰਹਿੰਦੀਆਂ ਹਨ ਕਿਸੇ ਫਕੀਰ ਨੇ ਉਸਨੂੰ ਰਮਜ਼ ਮਾਰੀ ਜਿਤਨੀ ਦੇਰ ਤੱਕ ਸਬਰ ਅਤੇ ਸ਼ੁਕਰ ਨਹੀਂ ਧਾਰਨ ਕਰਦਾ ਬੰਦਗੀ ਕਬੂਲ ਨਹੀਂ ਪੈਂਦੀ ਸਬਰ ਅਤੇ ਸ਼ੁਕਰ ਦੇ ਮੈਨੇ ਪੁੱਛਦੇ ਉਲਮਾਵਾਂ ਨੂੰ ਔਰ ਵਿਦਵਾਨਾਂ ਨੂੰ ਲੇਕਿਨ ਤਸੱਲੀ ਬਖਸ਼ ਜਵਾਬ ਨਹੀਂ ਮਿਲ ਰਿਹਾ ਕਿਸੇ ਨੇ ਕਿਹਾ ਇਹ ਬਾਦਸ਼ਾਹ ਜੇਕਰ ਤੂੰ ਤਸੱਲੀ ਬਖਸ਼ ਔਰ ਸੰਤੁਸ਼ਟਤਾ ਵਾਲਾ ਜਵਾਬ ਚਾਹੁੰਦਾ ਹੈ
ਤਾਂ ਦਿੱਲੀ ਦੀ ਜੇਲ੍ਹ ਵਿੱਚ ਸਰਮਦ ਨਾਮ ਕਰਕੇ ਫਕੀਰ ਹੈ, ਉਸ ਤੋਂ ਇਸਦਾ ਜਵਾਬ ਮਿਲੇਗਾ। ਸਰਮਦ ਕੌਣ ਸੀ? ਦਿੱਲੀ ਦੇ ਇੱਕ ਬੜੇ ਅਮੀਰ ਘਰਾਣੇ ਦਾ ਲੜਕਾ ਸੀ। ਉਸਦੇ ਮਾਤਾ ਪਿਤਾ ਚੜ੍ਹਾਈ ਕਰ ਗਏ, ਇਕੱਲਾ ਰਹਿ ਗਿਆ। ਬੜੇ ਭਾਗ ਉਸਨੂੰ ਫਕੀਰਾਂ ਆਰਫਾਂ ਲੋਕਾਂ ਦੀ ਸੰਗਤ ਪ੍ਰਾਪਤ ਹੋ ਗਈ। ਇਨਸਾਨ ਜਿਹੀ ਜੀ ਸੰਗਤ ਕਰਦਾ ਵੈਸੇ ਹੀ ਹੋ ਜਾਇਆ ਕਰਦਾ। ਜੇਕਰ ਇਤਨਾ ਧਨ ਪਦਾਰਥ ਹੋਣ ਦੇ ਬਾਵਜੂਦ ਉਸਨੂੰ ਕੋਈ ਸੰਗਤ ਮਿਲ ਜਾਂਦੀ, ਉਹਦੀ ਜ਼ਿੰਦਗੀ ਬਰਬਾਦ ਹੋ ਜਾਂਦੀ। ਇੱਥੇ ਵੀ ਨਰਕ, ਅੱਗੇ ਵੀ ਨਰਕ ਬਣ ਜਾਂਦਾ। ਇਹੀ ਧਨ ਹੈ ਸਾਧ ਸਿੰਘ, ਬੁਰੇ ਪਾਸੇ ਖਰਚ ਕੀਤਾ ਨਰਕ ਬਣ ਜਾਂਦਾ ਹੈ, ਨਰਕਾਂ ਨੂੰ ਲੈ ਜਾਂਦਾ ਹੈ, ਚੰਗੇ ਪਾਸੇ ਖਰਚ ਕੀਤਾ ਸਵਰਗਾਂ ਨੂੰ ਲੈ ਜਾਂਦਾ ਹੈ। ਉਸਨੇ ਵੱਡੇ ਭਾਗਾਂ ਕਰਕੇ ਉਸਨੂੰ ਸਤਸੰਗ ਮਿਲ ਗਈ, ਉਸਦੇ ਵਿੱਚ ਉਸਦਾ ਜ਼ਿਆਦਾ ਪਰਚਾ। ਆਪਣਾ ਘਰ ਮਾਨ ਉਸਨੇ ਸਤਸੰਗ ਘਰ ਹੀ ਬਣਾ ਲਿਆ ਸੀ। ਫਕੀਰ ਕਈ ਕੋਟੀਆਂ ਦੇ ਆਉਂਦੇ ਜਾਂਦੇ ਰਹਿੰਦੇ, ਅਖੀਰ ਹੁੰਦੇ ਹੁੰਦੇ ਉਸਨੂੰ ਵੀ ਉਹੀ ਜੀ ਅਵਸਥਾ ਪ੍ਰਾਪਤ ਹੋ ਗਈ। ਉਸਦੀ ਵੀ ਬਿਰਤੀ ਚੜ ਗਈ, ਮਸਤ ਅਵਸਥਾ ਉਸਨੂੰ ਪ੍ਰਾਪਤ ਹੋ ਗਈ। ਅਖੀਰ ਦਿੱਲੀ ਦੇ ਚੌਂਕ ਵਿੱਚ ਸਰੀਰ 'ਤੇ ਕੋਈ ਬਸਤਰੇ ਦੀ ਗਾਂਭਰ ਬਿਰਤੀ ਚੜ੍ਹੀ ਹੈ, ਮਸਤੀ ਵਿੱਚ ਝੂਮ ਰਿਹਾ ਹੈ, ਉੱਥੇ ਖੜ੍ਹਾ ਰਹਿੰਦਾ। ਆਤਮ ਆਨੰਦ, ਉਹ ਆਨੰਦ ਜੋ ਆਨੰਦ ਦਾ ਸਮੁੰਦਰ ਹੈ, ਉਸਦੇ ਵਿੱਚ ਬਿਰਤੀ ਲੱਗੀ, ਸਰੀਰ ਦੀ ਦਿਸ਼ਾ ਭੁੱਲੀ ਹੈ। ਉਹਨਾਂ ਦਿਨਾਂ ਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਦੀ ਹਕੂਮਤ ਸੀ ਹਿੰਦੁਸਤਾਨ ਵਿੱਚ, ਚੱਕਰਵਰਤੀ ਰਾਜ। ਤੋ ਉਸਦਾ ਭਰਾ ਦਾਰਾ ਸ਼ਿਕੋਹ ਸੀ, ਮੀਆਂ ਮੀਰ, ਹਜ਼ਰਤ ਮੀਆਂ ਮੀਰ ਦਾ ਮਰੀਦ ਸੀ। ਸੋ ਉਹ ਵੀ ਅਰਫ਼ ਸੀ, ਗੁਰੂ ਸੱਤਵੇਂ ਪਾਤਸ਼ਾਹ ਦੀ ਸ਼ਰਨ ਵਿੱਚ ਵੀ ਪਹੁੰਚਿਆ ਸੀ। ਖੈਰਿਓਂ ਇਹ ਕਾਇਦਾ ਹੈ, ਰਾਜ ਪਿਆਰੇ ਰਾਜਿਆਂ ਭਾਈ ਦੁਰ ਪਿਆਰੇ। ਰਾਜੇ ਲੋਕਾਂ ਦਾ ਰਾਜ ਨਾਲ ਪਿਆਰ ਹੁੰਦਾ, ਭਾਈਆਂ ਨਾਲ ਕੋਈ ਪਿਆਰ ਨਹੀਂ ਹੁੰਦਾ। ਉਸਨੇ ਆਪਣੇ ਸਾਰੇ ਭਰਾਵਾਂ ਨੂੰ ਕੋਈ ਤਾਕਤ ਫੜ ਕੇ ਕਿਤੇ ਮੈਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਾ ਕਰੇ, ਇਉਂ ਉਹਨਾਂ ਨੂੰ ਕਮਜ਼ੋਰ, ਅਖੀਰ ਮਰਵਾਉਣ ਤੱਕ ਪਹੁੰਚਿਆ। ਦਾਰਾ ਸ਼ਿਕੋ, ਉਹ ਵੀ ਅਰਫ ਲੋਕ ਸੀ, ਬਹੁਤ ਦਫ਼ਾ ਸਰਮਦ ਦੇ ਪਾਸ ਆ ਕੇ ਕੋਈ ਨਾ ਕੋਈ ਮਾਰਫਤ ਦੀਆਂ ਗੱਲਾਂ ਕਰਦਾ ਸੁਣਦਾ ਸੀ। ਇਉਂ ਇਸੀ ਤਰ੍ਹਾਂ ਅਖੀਰ ਉਸਨੂੰ ਵੀ ਔਰੰਗਜ਼ੇਬ ਨੇ ਮਰਵਾ ਦਿੱਤਾ, ਦਾਰਾ ਸ਼ਿਕੋ ਨੂੰ। ਜਦੋਂ ਦਾਰਾ ਸ਼ਿਕੋ ਨੂੰ ਮਰਵਾ ਦਿੱਤਾ, ਇਹ ਸਰਮਦ ਪਾਸ ਕਿਸੇ ਨੇ ਜ਼ਿਕਰ ਕੀਤਾ, ਸਰਮਦ ਕਹਿਣ ਲੱਗਾ, ਦਾਰਾ ਸ਼ਿਕੋ ਨੂੰ ਸੱਚੀ ਬਾਦਸ਼ਾਹੀ ਦੇ ਦਿੱਤੀ ਹੋਈ ਹੈ ਅਤੇ ਔਰੰਗਜ਼ੇਬ ਤਾਂ ਫੰਗੀ ਹੈ। ਐਸੇ ਲਫ਼ਜ਼ ਬੇਪਰਵਾਹੀ, ਫਕੀਰ ਬੇਪਰਵਾਹ ਹੈ, ਬੜੇ ਪਾਤਸ਼ਾਹਾਂ ਦੀ ਉਨਕੀ ਕਣੌੜ ਹੋਇਆ ਕਰਦੀ ਹੈ। ਸੋ ਇਤਿਆਦ, ਇੱਕ ਦਿਨ ਕੁਦਰਤੀ ਜੁਮੇ ਦਾ ਦਿਨ ਸੀ, ਜਾਮਾ ਮਸਜਿਦ ਨੂੰ ਨਮਾਜ਼ ਪੜ੍ਹਨ ਵਾਸਤੇ ਬਾਦਸ਼ਾਹ ਔਰੰਗਜ਼ੇਬ, ਕੁਛ ਉਹਨਾਂ ਦਿਨਾਂ ਵਿੱਚ ਮੋਟਰਾਂ ਨਹੀਂ ਸਨ ਸਾਡੇ ਦੇਸ਼ 'ਚ ਆਈਆਂ, ਹਾਥੀ ਦੇ ਅਹੁਦੇ ਵਿੱਚ ਸੀ, ਕੁਛ ਨਾਲ ਕਾਜ਼ੀ ਉਲਮਾ ਵਗੈਰਾ ਸਨ, ਆ ਰਿਹਾ ਸੀ। ਇਹ ਦਿਗੰਬਰ ਸ਼ੀਟ 'ਤੇ ਕੋਈ ਬਸਤਰ ਨਹੀਂ ਸੀ ਪੈਂਦਾ ਉਹਨਾਂ ਦਿਨਾਂ ਦੇ ਵਿੱਚ। ਔਰੰਗਜ਼ੇਬ ਦੇ ਦਿਮਾਗ ਵਿੱਚ ਇਹ ਸਮਾਈ ਸੀ ਵੀ ਤਮਾਮ ਹਿੰਦੁਸਤਾਨ ਭਰ ਦੇ ਵਿੱਚ ਜਿੱਥੇ ਦੋ ਮਜ਼ਹਬ ਚੱਲ ਰਹੇ ਨੇ, ਹਿੰਦੂ ਔਰ ਮੁਮਨ, ਮੈਂ ਹਿੰਦੂ ਨੂੰ ਖਤਮ ਕਰਕੇ ਇਸਲਾਮ ਹੀ ਫੈਲਾ ਦਿਆਂ, ਇਹ ਉਹਦੇ ਚਿੱਤ ਵਿੱਚ ਸਮਾਈ ਸੀ। ਹਰ ਕੋਸ਼ਿਸ਼ ਕਰਨੀ ਸ਼ੁਰੂ ਕੀਤੀ, ਲੋਭ ਲਾਲਚ ਦੇਣੇ, ਸਖਤੀ ਕਰਨੀ, ਜਿਵੇਂ ਵੀ ਹੋ ਸਕਿਆ ਉਸਨੇ ਕੋਸ਼ਿਸ਼ ਕੀਤੀ। ਅਖੀਰ ਉੱਥੇ ਜਾਂਦਿਆਂ ਜਾਂਦਿਆਂ ਜਦੋਂ ਉੱਥੋਂ ਦੀ ਲੰਘਣ ਲੱਗੇ, ਕਿਸੇ ਕਾਜ਼ੀ ਨੇ ਕਿਹਾ, ਬਾਦਸ਼ਾਹ ਸਲਾਮਤ, ਆਪ ਤਮਾਮ ਹਿੰਦੁਸਤਾਨ ਵਿੱਚ ਇੱਕ ਮਜ਼ਹਬ ਫੈਲਾਉਣਾ ਚਾਹੁੰਦੇ ਹੋ, ਜਿਤਨੀ ਦੇਰ ਤੱਕ ਆਪਣੇ ਘਰ ਨੂੰ ਨਹੀਂ ਸੰਵਾਰਦੇ, ਦੂਸਰਿਆਂ ਨੂੰ ਕਿਵੇਂ ਤੁਸੀਂ ਆਪਣੇ ਮਜ਼ਹਬ ਵਿੱਚ ਲਾਓਗੇ? ਦੇਖੋ ਨਾ, ਤੁਹਾਡੇ ਘਰ ਦਾ ਇਸਲਾਮ ਦਾ ਫਕੀਰ ਹੈ, ਸ਼ਰ੍ਹਾਂ 'ਤੇ ਉਲਟ ਚੱਲਦਾ ਹੈ। ਸ਼ਰ੍ਹਾਂ ਨਹੀਂ ਇਜਾਜ਼ਤ ਦਿੰਦੀ ਵੀ ਕੋਈ ਸਰੀਰ 'ਤੇ ਬਸਤਰ ਨਾ ਪਹਿਨਿਆ ਜਾਵੇ, ਸ਼ਰ੍ਹਾਂ ਨਹੀਂ ਇਜਾਜ਼ਤ ਦਿੰਦੀ ਵੀ ਸਿਰ 'ਤੇ ਕੋਈ ਕੁਲਾ ਜਾਂ ਕੋਈ ਪਗੜੀ ਨਾ ਬੰਨ੍ਹੀ ਜਾਵੇ, ਇਹ ਸਿਰ 'ਤੇ ਕੋਈ ਪਗੜੀ ਨਹੀਂ, ਜਿਸਮ 'ਤੇ ਕੋਈ ਬਸਤਰ ਨਹੀਂ ਹੈ, ਬਿਲਕੁਲ ਨੈਕਡ ਹੈ। ਇਹੀ ਜੀ ਜਦੋਂ ਗੱਲ ਉਸਨੂੰ ਕਹੀ ਤਾਂ ਬਾਦਸ਼ਾਹ ਔਰੰਗਜ਼ੇਬ ਨੇ ਹਾਥੀ ਕੋਲ ਖੜਾ ਕੇ ਇਸ ਸਰਮਦ ਦੇ ਜਿੱਥੇ ਮਸਤੀ ਵਿੱਚ ਝੂਮ ਰਿਹਾ ਸੀ, ਇਹਦੀ ਬਿਰਤੀ ਆਤਮ ਆਨੰਦ ਵਿੱਚ ਅਰੂੜ ਸੀ, ਕਹਿਣ ਫਕੀਰ ਸਾਈਂ, ਆਪ ਨੂੰ ਸਰੀਰ 'ਤੇ ਕੋਈ ਬਸਤਰ ਪਹਿਨਣਾ ਚਾਹੀਦਾ ਹੈ, ਸ਼ਰ੍ਹਾਂ ਐਸਾ ਇਜਾਜ਼ਤ ਨਹੀਂ ਦਿੰਦੀ ਵੀ ਸਰੀਰ 'ਤੇ ਕੋਈ ਬਸਤਰ ਨਾ ਪਹਿਨੇ, ਔਰ ਸਿਰ 'ਤੇ
ਵੀ ਆਪ ਨੂੰ ਕੋਈ ਨਾ ਕੋਈ ਪਗੜੀ ਜਾਂ ਕੁਲਾ ਵਗੈਰਾ ਪਹਿਨਣਾ ਚਾਹੀਦਾ। ਜਦੋਂ ਇੰਨੀ ਗੱਲ ਕਹੀ ਤਾਂ ਬੇਪਰਵਾਹੀ ਦੇ ਵਿੱਚ ਇਹ ਫਕੀਰ ਸਰਮਦ ਬੋਲਿਆ, ਕਹਿਣ ਲੱਗਾ ਇਸੀ ਅਕਲ 'ਤੇ ਬਾਦਸ਼ਾਹੀ ਕਰਨਾ, ਕੀ ਤੈਨੂੰ ਨਜ਼ਰ ਨਹੀਂ ਆਉਂਦਾ ਮੇਰੇ ਸਿਰ 'ਤੇ ਚਾਰ ਰੰਗਾ ਕੁਲਾ ਹੈ, ਔਰ ਜਿਸਨੇ ਖਾਹਿਸ਼ਾਤ ਨੂੰ ਜ਼ੇਰ ਕੀਤਾ ਹੈ ਆਪਣੇ ਜਿਸਮ 'ਤੇ ਕੋਈ ਬਸਤਰ ਪਹਿਨੇ ਜਾਂ ਨਾ ਪਹਿਨੇ, ਮਖਮਲ ਅਤਰਸ ਪਹਿਨ ਲਏ ਤਾਂ ਵੀ ਉਹ ਦਿਗੰਬਰੀ ਹੈ, ਨਾ ਪਹਿਨੇ ਤਾਂ ਵੀ ਉਸਦਾ ਮਾਨੋ ਮਖਮਲ ਬਸਤਰ ਪਹਿਨਿਆ ਹੋਇਆ। ਇਸ ਕਰਕੇ ਇਹ ਗੱਲ ਹੈ, ਦੂਸਰੇ ਸਿਰ 'ਤੇ ਮੇਰੇ ਚਾਰ ਰੰਗਾ ਖੁੱਲ੍ਹਾ ਹੈ। ਇਹ ਜਦੋਂ ਗੱਲ ਕਹੀ ਸਰਮਦ ਨੇ, ਅੱਗੋਂ ਔਰੰਗਜ਼ੇਬ ਕਹਿਣ ਲੱਗਿਆ ਸਿਰ 'ਤੇ ਚਾਰ ਰੰਗਾ ਖੁੱਲ੍ਹਾ, ਤੇਰੇ ਸਿਰ 'ਤੇ ਮੈਨੂੰ ਪਾਰਟੀ ਲੀਰ ਵੀ ਨਹੀਂ ਦੀ, ਕਿਹੜੇ ਕਿਹੜੇ ਰੰਗ ਨੇ ਤੇਰੇ ਖੁੱਲ੍ਹਾ ਦੇ? ਅੱਗੋਂ ਫਾਰਸੀ ਅੱਖਰਾਂ ਦੇ ਵਿੱਚ ਕਹਿਣ ਲੱਗਾ, ਸਰਬਰਹਨਾ ਨੇਸ਼ਤਮ ਦਾਰਮ ਖੁੱਲ੍ਹਾ ਚਾਰ ਤਰਕ, ਤਰਕ ਦੁਨੀਆ, ਤਰਕ ਖੁਬਾ, ਤਰਕ ਮੌਲਾ, ਤਰਕ ਤਰ। ਸਿਰ ਨੰਗਾ ਨਹੀਂ ਹੈ ਮੇਰਾ, ਚਾਰ ਰੰਗਾ ਕੁਲਾ ਸਿਰ 'ਤੇ ਰੱਖਦਾ ਹਾਂ, ਕਿਹੜੇ ਰੰਗਨ? ਤਰਕ ਦੁਨੀਆ, ਦੁਨੀਆ ਦੀਆਂ ਖਾਹਿਸ਼ਾਂ ਤਿਆਗੀਆਂ ਹਨ, ਫਿਰ ਉਕਵਾ ਪਰਲੋਕ ਦੀ ਇੱਛਾ ਰੱਖਦੇ ਨੇ ਕੋਈ ਦੁਨੀਆ ਨੂੰ ਤਿਆਗ ਕੇ, ਅਤੇ ਮੈਂ ਪਰਲੋਕ ਦੀ ਖਾਹਿਸ਼ ਵੀ ਤਿਆਗੀ ਹੈ, ਇਹਨੂੰ ਤਿਆਗ ਕੇ ਕੋਈ ਰੱਬ ਦੇ ਮਿਲਾਪ ਦੀ ਇੱਛਾ ਰੱਖਦੇ ਹਨ। ਸੋ ਜਿਹਨੂੰ ਅੰਤਰਾਤਮੇ ਸਾਖਿਆਤ ਹੋ ਜਾਵੇ ਉਹ ਬਾਹਰੋਂ ਰੱਬ ਦੇ ਮਿਲਣ ਦੀ ਇੱਛਾ ਨਹੀਂ ਰੱਖਿਆ ਕਰਦੇ, ਵੀ ਖਾਹਿਸ਼ਾਂ ਮੇਰੀ ਸ਼ਾਂਤ ਹੋ ਗਈ, ਫਿਰ ਤਿਆਗ ਦਾ ਤਿਆਗ। ਚਾਰ ਕਿਸਮ ਦਾ ਤਿਆਗ ਜਿਹੜਾ ਮੇਰਾ ਹੈ, ਇਹ ਮਾਨੋ ਚਾਰ ਰੰਗ ਮੇਰੀ ਕੁਲਾ ਦੇ ਹਨ। ਸਾਸਿੰਗ ਪਹਿਲੇ 'ਤੇ ਦੁਨੀਆਂ ਦੀ ਇੱਛਾ ਨਹੀਂ, ਇਸਤਰੀ, ਪੁੱਤਰ, ਧਨ, ਜਾਇਦਾਦ, ਮਾਣ, ਪ੍ਰਭਤ, ਇਹ ਦੁਨੀਆਂ ਦੀਆਂ ਖਾਹਿਸ਼ਾਂ ਹਨ। ਕੋਈ ਨਾ ਕੋਈ ਭਜਨ ਬੰਦਗੀ ਕਰਨ ਵਾਲਾ ਇਹਨਾਂ 'ਚੋਂ ਕਿਸੇ ਨਾ ਕਿਸੇ ਚੀਜ਼ ਦੀ ਇੱਛਾ ਰੱਖ ਕੇ ਭਜਨ ਕਰੇ, ਉਸਨੂੰ ਦੁਨੀਆਂ ਦੀ ਖਾਹਿਸ਼ ਕਿਹਾ ਜਾਂਦਾ। ਉਸ ਤੋਂ ਉੱਚੀ ਵਿਚਾਰ ਜੀ ਦੀ ਹੋ ਗਈ, ਦੁਨੀਆਂ ਦੇ ਪਦਾਰਥਾਂ ਨੂੰ ਕੌਡੀ ਵੱਧ ਸਮਝਦਾ, ਪਰਲੋਕ ਸੁੱਖਾਂ ਨੂੰ ਮੋਹਰ ਵੱਧ ਸਮਝਦਾ ਹੈ, ਉਹ ਪਰਲੋਕ ਸੁੱਖ ਵਾਸਤੇ ਬੰਦਗੀ ਕਰਦੇ, ਦੁਨੀਆਂ ਦੇ ਵਾਸਤੇ ਨਹੀਂ ਕਰਦਾ ਹੈ, ਉਸਨੂੰ ਨਿਆਂ ਨੇ ਅਕਬਤ ਕਹਿੰਦੇ ਹਨ। ਜਿਹਨੂੰ ਐਸੀ ਵਿਚਾਰ ਹੋ ਗਈ, ਵਿਵੇਕ ਪੈਦਾ ਹੋ ਗਿਆ, ਆਤਮਾ ਸੱਤ ਹੈ ਦੇ ਔਰ ਪ੍ਰਪੰਚ ਮਿੱਥਿਆ, ਸਵਰਗ ਲੋਕ ਤੱਕ ਮਿੱਥਿਆ ਹਨ ਔਰ ਦੁੱਖ ਰੂਪ ਹਨ, ਉਹ ਫਿਰ ਸਵਰਗ ਆਦਿ ਇੱਛਾ ਨਹੀਂ ਰੱਖਿਆ ਕਰਦਾ। ਸੋ ਉਹਦੀ ਇੱਛਾ ਤਿਆਗ ਦਿੰਦਾ, ਉਹ ਸੱਤ ਵਸਤੂ ਪਰਮੇਸ਼ੁਰ ਦੇ ਮਿਲਾਪ ਦੀ ਇੱਛਾ ਕਰਿਆ ਕਰਦਾ, ਇਸ ਵਾਸਤੇ ਭਜਨ ਕਰਦਾ ਹੈ। ਇਉਂ ਕਰਦੇ ਕਰਦੇ ਜਦੋਂ ਅੰਤਰਾਤਮੇ ਪਰਮਾਤਮਾ ਪ੍ਰਗਟ ਹੋ ਜਾਵੇ, ਹੈ ਤਾਂ ਸਾਰਿਆਂ ਦੇ ਅੰਦਰ ਹੀ ਵਸਦਾ, ਸਾਰੇ ਪਰਿਪੂਰਨ, ਜਦੋਂ ਅੰਦਰ ਪ੍ਰਗਟ ਹੋ ਜਾਵੇ, ਸਾਖਿਆਤ ਹੋ ਜਾਵੇ, ਫਿਰ ਉਹਦੀ ਖਾਹਿਸ਼ਾਂ ਦੂਰ ਹੋ ਜਾਂਦੀ। ਜੇ ਪਰਮਾਤਮਾ ਅੰਦਰ ਪ੍ਰਗਟ ਹੋ ਗਿਆ, ਫਿਰ ਪਰਮਾਤਮਾ ਮਿਲਣ ਦੀ ਇੱਛਾ ਕੈਸੇ ਰਹਿ ਜਾਏ? ਇੱਛਾ ਉੱਨੀ ਦੇਰ ਤੱਕ ਜਿੰਨੀ ਦੇਰ ਮਿਲਿਆ ਨਹੀਂ ਹੈ, ਉਹ ਵੀ ਇੱਛਾ ਸ਼ਾਂਤ ਹੋ ਜਾਂਦੀ ਹੈ। ਇਉਂ ਕਰਦੇ ਕਰਦੇ ਫਿਰ ਤਿੰਨ ਕਿਸਮ ਦੀ ਜਿਹੜੀ ਖੁਦੀ ਹੈ, ਤਾਮਸੀ, ਰਾਸੀ, ਸ਼ਾਂਤੀ, ਇਹ ਵੀ ਦੂਰ ਹੋ ਕੇ ਅਖੀਰ ਇੱਕ ਉਹ ਅਵਸਥਾ ਜਿਹੜੀ ਹੈ ਐਨ ਆਨੰਦ ਦਾ ਸਾਗਰ ਹੈ, ਉਹਦੇ ਵਿੱਚ ਰਵੀਨਤਾ ਹੈ। ਸੋ ਇਉਂ ਕਰਕੇ ਇਸ ਅਵਸਥਾ ਦਾ ਜ਼ਿਕਰ ਉਸਨੇ ਇਸ਼ਾਰਤਨ ਔਰੰਗਜ਼ੇਬ ਦੇ ਪਾਸ ਕੀਤਾ, ਇਉਂ ਕਿਹਾ। ਖੈਰ ਔਰੰਗਜ਼ੇਬ ਨੂੰ ਇਹ ਲਫ਼ਜ਼ ਜਿਹੜੇ ਉਹਨੇ ਕਹੇ ਘੋੜੇ ਤਾਂ ਲੱਗੇ, ਪਰ ਚਲਾ ਗਿਆ, ਅੱਗੇ ਨਮਾਜ਼ ਦਾ ਵਕਤ ਸੀ। ਅਖੀਰ ਇਹ ਵੀ ਗੱਲ ਔਰੰਗਜ਼ੇਬ ਨੇ ਸੁਣੀ ਵੀ ਕਹਿੰਦੇ ਦਾਰਾ ਸ਼ਿਕੋਹ ਨੂੰ ਸੱਚੀ ਬਾਦਸ਼ਾਹੀ ਦੇ ਦਿੱਤੀ ਹੈ, ਮੈਨੂੰ ਭੰਗੀ ਦੱਸ ਰਿਹਾ। ਇੱਕ ਦਿਨ ਇਸੀ ਤਰ੍ਹਾਂ ਜਾਂਦੇ ਜਾਂਦੇ ਬਾਦਸ਼ਾਹ ਔਰੰਗਜ਼ੇਬ ਪਾਸ ਖੜ ਕੇ ਕਹਿਣ ਲੱਗਾ, ਫਕੀਰ ਸਾਈਂ, ਜਿਸ ਦਾਰਾ ਸ਼ਿਕੋਹ ਨੂੰ ਤੂੰ ਕਹਿਣਾ ਹੈ ਸੱਚੀ ਬਾਦਸ਼ਾਹੀ ਦੀ, ਤੂੰ ਮਰਵਾ ਦਿੱਤਾ ਗਿਆ, ਤਾਂ ਕਤਲ ਕਰਵਾ ਦਿੱਤਾ ਗਿਆ। ਅਤੇ ਸਰਮਦ ਕਹਿਣ, ਕਤਲ ਨਹੀਂ ਕਰਵਾਇਆ, ਉਹਨੂੰ ਸੱਚੀ ਬਾਦਸ਼ਾਹੀ ਦੇ ਦਿੱਤੀ ਹੋਈ ਹੈ, ਤੂੰ ਤਾਂ ਬੰਗੀ ਹੈ। ਬੇਪਰਵਾਹੀ ਦੇ ਲਫ਼ਜ਼ ਕਹੇ, ਰਾਤ ਦੇ ਵਕਤ ਕੀ ਦੇਖਦਾ ਹੈ? ਉਹਨੂੰ ਦ੍ਰਿਸ਼ਟਾਂਤ ਹੁੰਦਾ ਹੈ, ਔਰੰਗਜ਼ੇਬ ਨੂੰ ਦਾਰਾ ਸ਼ਿਕੋਹ ਦੇ ਸਿਰ 'ਤੇ ਛਤਰ ਚੁੱਲਦਾ ਦੇਖਦਾ, ਔਰ ਆਪਣੇ ਆਪ ਨੂੰ ਭੰਗੀ ਦੀ ਸ਼ਕਲ, ਸਿਰ 'ਤੇ ਗੰਦੇ ਦੀ ਟੋਕਰੀ ਹੈ, ਮੀਂਹ ਪੈ ਰਿਹਾ, ਉਹ ਪਾਣੀ ਗੰਦਾ ਸਾਰਾ ਸਿਰ 'ਤੇ ਮੂੰਹ ਦੇ ਵਿੱਚ ਪੈਂਦਾ, ਐਸੀ ਹਾਲਤ ਵਿੱਚ ਦੇਖਿਆ। ਕੁਛ ਪੇਸ਼ ਨਾ ਗਈ, ਅਖੀਰ ਦੁਖੀ ਹੋ ਕੇ ਔਰੰਗਜ਼ੇਬ ਨੇ ਹੁਕਮ ਕਰ ਦਿੱਤਾ ਵੀ ਇਸ ਦਾਰਾ ਸ਼ਿਕੋਹ ਨੂੰ ਕੈਦ ਕਰ ਦਿਓ, ਹੱਥਾਂ ਨੂੰ ਹਥੌੜੀਆਂ, ਪੈਰਾਂ ਨੂੰ ਬੇੜੀਆਂ ਮਾਰ ਦਿਓ, ਇੱਕ ਸ਼ਟਾਂਕ ਰੋਜ਼ ਦਾ ਲੂਣ, ਇੱਕ ਪਿਆਲਾ ਪਾਣੀ ਦਾ ਅੱਠ ਪੈਰ ਪਿੱਛੋਂ ਮਿਲੇ। ਇਉਂ ਜੇਲ੍ਹ ਵਿੱਚ
ਚਾਹੀਦਾ ਤਾਂ ਅਸੀਂ ਖਿਵਾਂ ਮੰਗਦਾ, ਲੇਕਿਨ ਆਪਣੀ ਮੂਰਖਤਾਈ ਦਾ ਮੈਨੂੰ ਸਬੂਤ ਦਿੱਤਾ। ਇਸ ਕਰਕੇ ਉਹ ਦਾਰਾ ਔਰੰਗਜ਼ੇਬ ਦੀ ਕੈਦ ਵਿੱਚ ਸੀ। 100 ਕੋਟਲਾ ਰੋਜ਼ ਨੰਗੀ ਪਿੱਠ 'ਤੇ ਲੱਗਦਾ, 1 ਛਟਾਂਗ ਰੋਜ਼ ਦਾ ਲੂਣ, 1 ਪਿਆਲਾ ਪਾਣੀ ਦਾ ਮਿਲਦਾ ਹੁੰਦਾ। ਉਹ ਉਸਦੇ ਪਾਸ ਬਾਦਸ਼ਾਹ ਰੂਮ ਨੇ ਕਿਸੇ ਨੇ ਕਿਹਾ ਵੀ ਉੱਥੋਂ ਤੈਨੂੰ ਸਬਰ ਅਤੇ ਸ਼ੁਕਰ ਦੇ ਮਹਿਨਿਆਂ ਦਾ ਪਤਾ ਲੱਗੇਗਾ। ਖੈਰ ਉਸਨੇ ਆਪਣਾ ਵਕੀਲ ਔਰੰਗਜ਼ੇਬ ਦੇ ਪਾਸ ਭੇਜਿਆ ਵੀ ਮੇਰੇ ਵਕੀਲ ਨੂੰ ਆਪਣੇ ਜੇਲਖਾਨੇ ਵਿੱਚ ਸਰਮਦ ਨਾਮ ਕਰਕੇ ਫਕੀਰ ਹੈ, ਉਸਨੂੰ ਮਿਲਾ ਦਿਓ, ਬੜੀ ਮਿਹਰਬਾਨੀ ਹੋ ਰਹੀ। ਖੈਰ ਵਕੀਲ ਪਹੁੰਚਿਆ, ਉਸਨੇ ਹੁਕਮ ਲਿਖਿਆ ਦਰੋਗਾ ਜੇਲ੍ਹ ਨੂੰ ਵੀ ਇਸਨੂੰ ਸਰਮਦ ਨੂੰ ਮਿਲਾ ਦਿੱਤਾ ਜਾਏ। ਉਹ ਵਕੀਲ ਸਰਮ ਕੀ ਦੇਖਦਾ, ਹੱਥਾਂ ਨੂੰ ਹਥੌੜੀਆਂ, ਪੈਰਾਂ ਨੂੰ ਬੇੜੀਆਂ, ਮਸਤੀ ਵਿੱਚੋਂ ਹੁੰਦਾ। ਸੋ ਉਹ ਵਕੀਲ ਜਾ ਕੇ ਕਹਿਣ ਲੱਗਿਆ, ਫਕੀਰ ਸ਼ਾਹੀ ਮੈਨੂੰ ਬਾਦਸ਼ਾਹ ਰੂਮ ਨੇ ਭੇਜਿਆ ਸਬਰ ਔਰ ਸ਼ੁਕਰ ਦੇ ਮੈਨੇ ਪੁੱਛਣ ਵਾਸਤੇ, ਕਿਰਪਾ ਕਰਕੇ ਇਹ ਦੱਸੋ। ਇਹ ਗੱਲ ਸੁਣ ਕੇ ਸਰਮਦ ਕਹਿਣੇ, ਕੱਲ੍ਹ 11 ਵਜੇ 2.5 ਗਜ਼ ਕੋਰਾ ਕੱਪੜਾ, 1 ਮਸ਼ਕ ਪਾਣੀ ਦੀ ਲੈ ਕੇ ਹਾਜ਼ਰ ਹੋ ਜਾਵੇ, ਤੁਹਾਨੂੰ ਇਹਦੇ ਮੈਨੇ ਦੱਸ ਦਿੱਤੇ ਜਾਣਗੇ। ਇਸੇ ਤਰ੍ਹਾਂ ਕੀਤਾ। ਦੂਸਰੇ ਦਿਨ ਦਿਨ ਦੇ 11 ਵਜੇ 2.5 ਗਜ਼ ਕੋਰਾ ਕੱਪੜਾ, 1 ਮਸ਼ਕ ਪਾਣੀ ਦੀ ਲੈ ਕੇ ਪਹੁੰਚ ਗਿਆ ਉਹ ਵਕੀਲ। ਪਹੁੰਚਿਆ ਤਾਂ ਕਹਿਣਗੇ ਮੇਰੇ ਸਿਰ ਸਰੀਰ 'ਤੇ ਪਾਣੀ ਪਾ ਲਿਆ, ਇਹਨੇ ਇਸ਼ਨਾਨ ਕਰ ਲਿਆ ਉਸ ਮਸ਼ਕ ਪਾਣੀ ਦੇ ਨਾਲ, ਔਰ ਕਿਉਂਕਿ ਬਸਤਰ ਕੋਈ ਨਹੀਂ ਸੀ ਪਹਿਨਦਾ, ਅੱਜ ਉਹ 2.5 ਗਜ਼ ਕੋਰਾ ਕੱਪੜਾ ਲੱਕ 'ਤੇ ਬੰਨ ਲਿਆ। ਇਤਨੇ ਨੂੰ ਕੋਰੜੇ ਮਾਰਨ ਵਾਲੇ ਆ ਗਏ। 100 ਕੋਟਲ ਰੋਜ਼ ਲੱਗਦਾ ਸੀ। ਵਕੀਲ ਨੂੰ ਕੀ ਨਜ਼ਰ ਆ ਰਿਹਾ, ਆਸਮਾਨ ਦੇ ਵਿੱਚ ਬੇਅੰਤ ਸ਼ਕਤੀਆਂ ਤਵੰਨੀ ਖੜੀਆਂ ਹਨ। ਸਰਮਦ ਦੇ ਅੱਗੇ ਹੁਕਮ ਕਰੋ, ਦਿੱਲੀ ਲਾਹੌਰ ਦੀ ਤਾੜੀ ਵਜਾ ਦੀਏ, 1 ਨੂੰ ਹੱਥ 'ਤੇ ਰੱਖ ਕੇ, ਇਸ 1 ਨੂੰ ਹੱਥ 'ਤੇ ਰੱਖ ਕੇ, ਇਸ ਦੀ ਬਾਦਸ਼ਾਹ ਹੀ ਗਰਕ ਕਰਦੀ, ਆਪ ਨੂੰ ਇਤਨੀ ਤਕਲੀਫ ਦਿੱਤੀ ਜਾ ਰਹੀ ਹੈ। ਲੇਕਿਨ ਸਰਮਦ ਵੱਲੋਂ ਉਂਗਲੀ ਦਾ ਇਸ਼ਾਰਾ ਹੋ ਰਿਹਾ, ਨਹੀਂ, ਇਹ ਵਕੀਲ ਨੇ ਦੇਖਿਆ। ਖੈਰ ਇਤਨੇ ਨੂੰ ਇਹ ਹੋ ਚੁੱਕਿਆ, ਇਤਨੇ ਨੂੰ 1 ਪਿਆਲਾ ਪਾਣੀ ਦਾ ਸ਼ਟਾਂਕ ਲੂਣ ਆ ਗਿਆ, ਲੂਣ ਫੱਕ ਕੇ ਪਿਆਲਾ ਪਾਣੀ ਦਾ ਪੀ ਲਿਆ। ਹੁਣ ਵਕੀਲ ਪੁੱਛਦਾ ਹੈ, ਕਿਰਪਾ ਕਰੋ ਦੱਸੋ, ਆਪਣੇ ਕਿਹਾ ਸੀ ਕੱਲ੍ਹ ਇਸਦਾ ਜਵਾਬ ਮਿਲੇਗਾ। ਸੋ ਸਰਮਦ ਕਹਿਣਗਾ, ਮੈਂ ਤੈਨੂੰ ਜਵਾਬ ਦੇ ਚੁੱਕਾ, ਪ੍ਰੈਕਟੀਕਲੀ ਜਵਾਬ ਦੇ ਚੁੱਕਾ। ਸਮਝ ਨਹੀਂ ਪਈ, ਦੇਖੋ ਕੀ ਨਜ਼ਰ ਆਇਆ ਜਦੋਂ ਮੇਰੇ ਕੋਟੇ ਲੱਗ ਰਹੇ ਸਨ, ਆਸਮਾਨ ਦੇ ਵਿੱਚ ਬਹੁਤ ਸਾਰੀਆਂ ਸ਼ਕਤੀਆਂ। ਕਹਿਣ ਲੱਗਾ, ਇੰਨੀ ਤਾਕਤ ਰੱਖਦਾ ਹਾਂ, ਅਗਰ ਚਾਹਾਂ ਸਾਰੇ ਦਿੱਲੀ ਲਾਹੌਰ ਨੂੰ ਦੋਨਾਂ ਹਥੇਲੀ 'ਤੇ ਰੱਖ ਕੇ ਟਕਰਾ ਕੇ ਤਾੜੀ ਵਜਾ ਦੇ, ਜਾਂ ਇਸ ਦੀ ਸਾਰੇ ਇਸ ਬਾਦਸ਼ਾਹ ਹੀ ਗਰਕ ਕਰ ਸਕਦਾ ਹਾਂ, ਪਰ ਇੰਨੀ ਤਕਲੀਫ ਰੋਜ਼ ਸਰੀਰ 'ਤੇ ਚੱਲਦਾ, ਲੇਕਿਨ ਰਿੰਚਕ ਮਾਤਰ ਤਾਕਤ ਨਹੀਂ ਦਿਖਾਉਣ ਦਾ ਚਿੱਤ ਵਿੱਚ ਖਿਆਲ ਪੈਦਾ ਹੁੰਦਾ। ਇਹ ਨਹੀਂ ਵੀ ਹੱਥ ਨਾਲ, ਖਿਆਲ ਹੀ ਨਹੀਂ ਪੈਦਾ ਹੁੰਦਾ। ਇਹਨੂੰ ਕਹਿੰਦੇ ਹਨ ਸਬਰ, ਹੁੰਦੀ ਸ਼ਕਤੀ ਨੂੰ ਛੁਪਾ ਕੇ ਰੱਖਣਾ। ਬਾਕੀ 1 ਛਟਾਂਗ ਰੋਜ਼ ਦਾ ਲੂਣ, 1 ਪਿਆਲਾ ਪਾਣੀ ਦਾ 8 ਪੈਰ ਪਿੱਛੋਂ ਮਿਲਦਾ, ਰੋਜ਼ ਥੱਕ ਕੇ ਪਾਣੀ ਪੀ ਲਈਦਾ, ਸ਼ੁਕਰ ਕਰੀਦਾ। ਇਹਨੂੰ ਕਹਿੰਦੇ ਨੇ ਸ਼ੁਕਰ, ਜੋ ਕੁਛ ਮਿਲ ਗਿਆ ਉਹਤੇ ਪਛਤਾਉਣਾ ਰਹਿਣਾ, ਇਹ ਨਹੀਂ ਮੈਨੂੰ ਆਹ ਨਹੀਂ ਮਿਲਿਆ। ਕਹਿੰਦੇ ਜਾ ਕੇ ਆਪਣੇ ਬਾਦਸ਼ਾਹ ਨੂੰ, ਇਸ ਸਬਰ 'ਤੇ ਸ਼ੁਕਰ ਧਾਰਨ ਕਰ, ਤਾਂ ਜਾ ਕੇ ਬੰਦਗੀ ਕਬੂਲ ਪਵੇਗੀ। ਇੱਥੇ ਮੁਰੀਦ ਦੀ ਡੈਫੀਨੇਸ਼ਨ ਵਿੱਚ ਦੱਸ ਰਹੇ ਨੇ, ਮੁਰਦੇ ਦੀ ਨਿਆਂ ਮੁਰੀਦ ਹੋ ਜਾਏ, ਸੇਵਾ ਭਗਤੀ ਕਰਦਿਆਂ ਮਨ ਦੀ ਸ਼ੁੱਧੀ ਔਰ ਇਕਾਗਰਤਾ ਦੁਆਰਾ ਸ਼ਕਤੀਆਂ ਹੋ ਜਾਣ, ਉਹਨਾਂ ਨੂੰ ਜਜ਼ਬ ਰੱਖੇ, ਜੋ ਕੁਛ ਮਿਲ ਗਿਆ ਉਹਤੇ ਪ੍ਰਸੰਨ ਰਹੇ, ਗਿਲਾ ਨਾ ਕਰੇ ਪਰਮੇਸ਼ੁਰ 'ਤੇ। ਇਸ ਤਰ੍ਹਾਂ ਸੇਵਾ ਕਰਨ ਵੇਲੇ ਆਪਣੇ ਆਪ ਨੂੰ ਗੋਲੇ ਦੀ ਨੇ ਗੋਲਾ ਮੁੱਲ ਖਰੀਦ ਕਾਰੇ ਜੋਗਣਾ, ਨਾ ਤੁਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਪੱਖੇ ਦੀ ਤਾਕੀਦ ਪਗਮਲ ਤੋਂ ਇਤਿਆਦ ਸੇਵਾ ਕਰਨੀ, ਇਉਂ ਮੁਰਦੇ ਦੀ ਨਿਆਂ ਹੋਵੇ ਤਦ ਸੇਵਾ ਹੁੰਦੀ ਹੈ। ਮੁਰਦਾ ਹੋਏ ਨਾ ਮੁਰੀਦ ਗੱਲੀ ਹੋਵਣਾ, ਮੁਰਦਾ ਹੋਏ ਨਾ ਮੁਰੀਦ ਗੱਲੀ ਹੋਵਣਾ, ਹੋਏ ਨਾ ਮੁਰੀਦ ਗੱਲੀ ਹੋਵਣਾ।
ਗੱਲੀ ਹੋਣਾ ਜੀ, ਗੱਲੀ ਹੋਣਾ, ਗੱਲੀ ਹੋਣਾ, ਗੱਲੀ ਹੋਣਾ, ਸੇਵਾ ਕਰਦਿਆਂ ਭਜਨ ਕਰਦਿਆਂ ਕਈ ਸਾਲ ਗੁਜ਼ਰੇ, ਤਾਕਤ ਹੁੰਦੀ ਹੈ, ਉਹਨੂੰ ਬਿਲਕੁਲ ਜਜ਼ਬ ਰੱਖਦੇ ਹਨ। ਅਜਿੱਤੇ ਦੇ ਨਾਲ ਗੁਰੂ ਬਾਬਾ ਜੀ ਦੀ ਗੋਸ਼ਟ ਹੋ ਰਹੀ ਹੈ, ਗੁਰੂ ਨਾਨਕ ਦੇਵ ਮਹਾਰਾਜ ਬੇਟਾ ਅਜਿੱਤਿਆ ਰੱਬ ਦੇ ਘਰ, ਉਹ ਖਾਲਣਾ, ਉਹ ਬੰਦਗੀ ਮਨਜ਼ੂਰ ਹੋਣੀ ਹੈ। ਮਨ ਜਿੰਨੀ ਕਰਕੇ ਰਤੀ ਜਿੰਨਾ ਵੀ ਦਿਖਾਵਾ ਨਾ ਕਰੇ, ਪਰ ਸਮਾਂ ਆਏਗਾ ਰਤੀ ਜਿੰਨੀ ਖਾਲਣਾ ਕਰਕੇ ਮਨ ਜਿੰਨਾ ਦਿਖਾਵਾ ਕਰਿਆ ਕਰਨਗੇ, ਉਹ ਰੱਬ ਦੇ ਘਰ ਨਹੀਂ ਮਨਜ਼ੂਰ ਹੋਣਾ। ਤਾਂ ਤੇ ਇਉਂ ਆਪ ਜੀ ਨੂੰ ਸੇਵਾ ਕਰਦਿਆਂ ਕਈ ਸਾਲ ਗੁਜ਼ਰ ਗਏ, ਉਸ ਨਿਯਮ ਦੇ ਵਿੱਚ ਫਰਕ ਨਹੀਂ ਪੈਣ ਦਿੱਤਾ। ਚੱਖੜ ਚਾਂਗੀ ਮੀਂਹ ਵਰਸੇ, ਪੀ ਗੁਰ ਦੇਖਣ ਜਾਈ, ਸੁਮੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰ ਪੈ ਜਾਈ, ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ, ਜਿਉਂ ਧਰਤੀ ਸੋਭ ਕਰੇ ਜਲ ਵਰਸੇ, ਤਿਉਂ ਸਿੱਖ ਗੁਰ ਮਿਲ ਵਿਗਸਾਈ, ਸੇਵਕ ਕਾ ਹੋਏ ਸੇਵਕ ਵਰਤਾ, ਕਰ ਕਰ ਬਿਨੋਂ ਬੁਲਾਈ, ਨਾਨਕੀ ਬੇਨੰਤੀ ਹਰ ਪੈ ਗੁਰਮਿਲ ਗੁਰਸੁਖ ਪਾਈ। ਯਾਨੀ ਹਰ ਹਾਲਤ ਵਿੱਚ ਆਪਣੇ ਨਿਯਮ ਵਿੱਚ ਫਰਕ ਨਾ ਪੈਣ ਦੇਣਾ, ਕਾਲਣਾ ਵੇਲੇ ਇਹੀ ਜੀ ਅਵਸਥਾ ਹੋਵੇ ਤਾਂ ਜਾ ਕੇ ਕਾਲਣਾ ਥਾਂ ਪੈਂਦੀ ਹੈ। ਵਾਵਾ ਵਾਵਾ ਜੀ ਚੱਖੜ ਚਾਂਗੀ ਮੀਂਹ ਵਰਸੇ, ਵਾਵਾ ਵਾਵਾ ਜੀ ਚੱਖੜ ਚਾਂਗੀ ਮੀਂਹ ਵਰਸੇ, ਦੇਖਣ ਜਾਵੇ ਜੀ ਚੱਕੜ ਚਾਂਗੀ ਮੀਂਹ ਵਾਰ, ਵਾਵਾ ਵਾਵਾ ਜੀ ਚੱਕੜ ਚਾਂਗੀ ਮੀਂਹ ਵਾਰ,
ਤਰ੍ਹਾਂ ਸੇਵਾ ਕਰਦੇ ਹਾਂ। ਨਿਯਮ ਨੂੰ ਪੂਰਾ ਨਿਭਾਉਂਦਾ, ਇੱਕ ਦਿਨ ਵੀ ਨਾਗਾ ਨਹੀਂ ਪਿਆ, ਭਾਵੇਂ ਦੁੱਖ ਤਕਲੀਫਾਂ ਕਸ਼ਟ ਆਉਂਦੇ ਹੀ ਹੁੰਦੇ ਹੈ। ਸਵਈਓ 11 ਸਾਲ ਗੁਜ਼ਰ ਗਏ, ਸਰਦੀ ਦਾ ਮੌਸਮ, ਸਖ਼ਤ ਸਰਦੀਆਂ ਦੇ ਦਿਨ ਹਨ, ਕਈ ਦਿਨ ਦੀ ਝੜੀ ਲੱਗ ਜਾਂਦੀ ਹੈ। ਸਰਦੀ ਦੇ ਮੌਸਮ ਜੇ ਝੜੀ ਲੱਗਦੀ ਹੈ ਸਾਡੇ ਦੇਸ਼ ਵਿੱਚ ਕਈ ਕਈ ਦਿਨ ਲਗਾਤਾਰ ਚਲੀ ਜਾਂਦੀ ਹੈ, ਪਰ ਆਪ ਉਸੀ ਤਰ੍ਹਾਂ ਹੀ ਦਰਿਆ ਬਿਆਸ ਤੋਂ ਜਲਦੀ ਗਾਗਰ ਭਰ ਕੇ ਲਿਆਉਂਦੇ, ਉਸ ਨਾਲ ਇਸ਼ਨਾਨ ਕਰਵਾਉਂਦੇ ਗੁਰੂ ਜੀ ਦਾ। ਇਸੀ ਤਰ੍ਹਾਂ ਕਈ ਦਿਨ ਦੀ ਝੜੀ ਲੱਗਣ ਕਰਕੇ ਥਾਂ ਥਾਂ ਪਾਣੀ ਫਿਰਦਾ ਹੈ, ਆਸਮਾਨ ਦੇ ਵਿੱਚ ਬੱਦਲਾਂ ਦੀ ਕਾਲੀ ਘਟਾ ਟੋਪ ਹੈ, ਅਤੇ ਬਿਜਲੀ ਲਸ਼ਕਦੀ ਹੈ ਤਾਂ ਕੁਛ ਦੀਂਦਾ ਹੈ ਨਹੀਂ, ਹੱਥ ਮਾਰਿਆਂ ਨਹੀਂ ਨਜ਼ਰ ਆਉਂਦਾ। ਆਪ ਉਸੀ ਤਰ੍ਹਾਂ ਰਾਤ ਦੇ ਸਤਸੰਗ ਤੋਂ ਬਾਅਦ, ਕੀਰਤਨ ਕਥਾ ਤੋਂ ਬਾਅਦ ਗਾਗਰ ਮੋਢੇ 'ਤੇ ਉਠਾਉਂਦੇ ਹੈ, ਦੋ ਕੁ ਪੁੱਠ ਪੈਰੇ ਜਾਂਦੇ ਹਨ, ਅਰਦਾਸ ਬੇਨਤੀ ਕੀਤੀ, ਗਰੀਬ ਨਵਾਜ਼ ਖੀਮਾ ਕਰਨਾ, ਹਜ਼ੂਰ ਵੱਲ ਪਿੱਠ ਹੋ ਰਹੀ ਹੈ, ਦਰਿਆ ਬਿਆਸ ਵੱਲ ਮੂੰਹ ਕੀਤਾ, ਜਲਦੀ ਗਾਗਰ ਭਰੀ, ਫਿਰ ਆ ਕੇ ਦਮ ਲਿਆ ਗੁਰੂ ਦੇ ਮਹਿਲਾਂ ਦੇ ਨਜ਼ਦੀਕ ਜੁਲਾਹਿਆਂ ਦਾ ਘਰ ਸੀ, ਜਿੱਥੇ ਉਹ ਕੱਪੜੇ ਬੁਣਦੇ ਹੁੰਦੇ, ਕੱਪੜੇ ਬੁਣਨ ਵਾਸਤੇ ਚੁੰਮਣਾਂ ਪੱਟੀਆਂ ਸਨ, ਔਰ ਤਰਨ ਵਾਸਤੇ ਕਿੱਲੀਆਂ ਆਦਿ ਗੱਡੀਆਂ ਹੁੰਦੀਆਂ ਸਨ। ਪਾਣੀ ਬਹੁਤ ਸੀ, ਅੰਧੇਰਾ ਸੀ, ਆਉਂਦਿਆਂ ਆਉਂਦਿਆਂ ਕਿਤੇ ਕਿੱਲੀ ਨਾਲ ਠੋਕਰ ਵੱਜ ਜਾਂਦੀ, ਠੋਕਰ ਵੱਜ ਕੇ ਗਿਰ ਜਾਂਦੇ ਹਨ, ਖੜਾਕ ਹੋਇਆ, ਪਾਣੀ ਨਹੀਂ ਡੁੱਲਣ ਦਿੱਤਾ। ਸੋ ਜੁਲਾਹੀ ਘਰ ਛੋਟਾ ਸੀ, ਚਾਹੁੰਦਾ ਸੀ ਕਦੇ ਉੱਧਰ ਖਿੱਚਦੇ ਮੰਜੀ, ਕਦੇ ਉੱਧਰ ਵਿਚਾਰੇ। ਸੋ ਖੜਾਕ ਹੋਣ 'ਤੇ ਜੁਲਾਹਾ ਕਹਿਣਗੇ ਪਤਾ ਨਹੀਂ ਚੋਰ ਹੈ, ਖੜਾਕ ਹੋਇਆ। ਜੁਲਾਹੀ ਕਹਿਣਗੇ ਚੋਰ ਕਾਹਨੂੰ, ਅਮਰੂ ਨੇ ਥਾਵਾਂ ਹੈ, ਕੁੜਮਾਂ ਦੇ ਖੱਟ ਕਮਾਉਣ ਖਾਣ ਨੂੰ ਦਿਨ ਰਾਤ ਕਮਾਉਂਦਾ, ਦੁਨੀਆਂ ਕੀ ਜਾਣੇ ਪ੍ਰੇਮੀਆਂ ਦੀਆਂ ਅਵਸਥਾਵਾਂ ਨੂੰ। ਸੋ ਇਹ ਗੱਲ ਆਪ ਜੀ ਦੇ ਕੰਨ ਵਿੱਚ ਪੈ ਗਈ, ਅਮਰੂ ਨੇ ਥਾਵਾਂ, ਕਮਲੀਏ ਮੈਂ ਨਥਾਵਾਂ, ਜਿਹਨੂੰ ਗੁਰੂ ਜੀ ਆ ਥਾਂ ਮਿਲ ਗਿਆ ਉਹਦੀ ਦੋਨੇ ਜਹਾਨੀ ਥਾਂ। ਸੋ ਇੰਨਾ ਕਹਿਣ ਦੀ ਦੇਰ ਸੀ, ਅਚਨ ਚੇਤ ਮੂੰਹ ਦੇ ਵਿੱਚ ਅਮੋਘ ਬਾਣ ਵਾਂਗੂ ਬੱਚਨ ਕਮਲੀ ਹੋ ਜਾਂਦੀ ਹੈ, ਕੱਪੜੇ ਫਾੜ ਕੇ ਰੋਈਆਂ ਨੂੰ ਦੌੜ ਜਾਂਦੀ ਹੈ। ਸੋ ਆਪ ਜੀ ਨੇ ਉਸ ਜਲ ਦੇ ਨਾਲ ਇਸ਼ਨਾਨ ਕਰਵਾਇਆ, ਗੁਰੂ ਜੀ ਸਮਾਧ ਸਥਿਤ ਹੋ ਜਾਂਦੇ ਹਨ। 11 ਸਾਲ ਦੀ ਕਾਲਣਾ ਅੱਗੇ ਵੀ ਜਾਣਦੇ ਸਨ, ਲੇਕਿਨ ਅੱਜ ਉਸਦਾ ਫਲ ਦੇਣ ਵਾਸਤੇ ਆਪ ਦੇ ਚਿੱਤ ਵਿੱਚ ਅਤਿਅੰਤ ਉਮਾ ਪੈਦਾ ਹੋਇਆ। ਆਪ ਵੀ ਆਪਣਾ ਇਕਾਂਤ ਬੈਠ ਗਏ। ਦਿਨ ਚੜ੍ਹੇ ਤੋਂ ਬਾਅਦ ਹੁਕਮ ਹੋਇਆ, ਅਮਰਦਾਸ ਨੂੰ ਸਣੇ ਕੇ ਸੀ ਇਸ਼ਨਾਨ ਕਰਵਾ ਕੇ ਨਵੀਨ ਵਸਤਰ ਪਹਿਨਾ ਕੇ ਹਾਜ਼ਰ ਕਰੋ। ਇਸੀ ਤਰ੍ਹਾਂ ਕੀਤਾ ਗਿਆ, ਦਹੀਂ ਨਾਲ ਸਣੇ ਕੇ ਸੀ ਇਸ਼ਨਾਨ ਕਰਾਇਆ, ਨਵੀਨ ਵਸਤਰ ਪਹਿਨਾਏ, ਹੱਥ ਪੈਰ ਸੇਵਾ ਕਰਨ ਕਰਕੇ ਬਹੀਆਂ ਫਟੇ ਹੋਈਆਂ ਸਨ, ਫਿਰ ਹਾਜ਼ਰ ਹੋਏ, ਗਲ 'ਚ ਪੱਲਾ ਪਾ ਕੇ ਨਮਸਕਾਰ ਕੀਤੀ, ਨੇਤਰਾਂ ਦੇ ਛੱਪਰ ਨੀਵੇਂ ਸਿੱਟੇ ਖੜੇ ਨੇ, ਹੁਕਮ ਆਇਆ, ਪੁਰਖਾ ਮੈਂ ਤੇਰੇ 'ਤੇ ਅਤਿਅੰਤ ਪ੍ਰਸੰਨ ਹਾਂ, ਤੈਂ ਸੇਵਾ ਕਰਕੇ ਮੈਨੂੰ ਅਤਿਅੰਤ ਖੁਸ਼ ਕਰ ਲਿਆ, ਕੋਈ ਇਹੋ ਜਿਹੀ ਅਦੇ ਵਸਤੂ ਨਹੀਂ ਜਿਹੜੀ ਮੈਂ ਤੈਨੂੰ ਨਾ ਦੇ ਸਕਾਂ, ਆਸਮਾਨ ਵੱਲ ਨਿਗਾਹ ਮਾਰ, ਬੇਅੰਤ ਸ਼ਕਤੀਆਂ ਤੇਰੇ ਤਾਬੇ ਕੀਤੀਆਂ, ਪਰਮ ਗਿਆਨ ਦੇ ਭੰਡਾਰ, ਭਗਤੀ ਦੇ ਭੰਡਾਰ, ਸਿੱਧੀ ਸਿੱਧੀ ਨਿਧੀ ਦੇ ਭੰਡਾਰ ਸਭ ਤੇਰੇ ਤਾਬੇ ਕੀਤੇ, ਔਰ ਮੈਂ ਤੈਨੂੰ ਆਪਣੇ ਇਸ ਪੰਚਭੂਤ ਚੋਲੇ ਤਿਆਗਣ ਤੋਂ ਬਾਅਦ ਗੁਰੂ ਨਾਨਕ ਦੀ ਗਤੀ 'ਤੇ ਜਾਂ ਨਸ਼ੀਨ ਸਥਾਪਨ ਕਰਕੇ ਇਸ ਪੰਚਭੂਤ ਚੋਲੇ ਨੂੰ ਅੰਤਰ ਧਿਆਨ ਕਰਾਂ। ਇਤਿਹਾਸ ਜਦੋਂ ਬਚਨ ਹੋਏ ਤਾਂ ਆਪ ਜੀ ਨੇ ਨਿਰਛਤਾ ਦੇ ਵਿੱਚ ਅਰਜ਼ ਕੀਤੀ, ਪ੍ਰਭੂ ਗਰੀਬ ਨਵਾਜ਼, ਇਹ ਵਸਤਾਂ ਆਪ ਨੂੰ ਹਜ਼ੂਰ ਨੂੰ ਸ਼ਿਸ਼ੋਭਿਤ ਹੋਣ, ਇਸ ਦਾਸ ਨੂੰ ਤਾਂ ਹਜ਼ੂਰ ਆਪਦੇ ਚਰਨਾਂ ਦੀ ਸੇਵਾ ਬਖਸ਼ੋ। ਸਾਸ ਇਤਨੀ ਨਿਰਛਤਾ, ਅਖੀਰ ਖੈਰ ਹੁਕਮ ਹੋਇਆ, ਕਿਰਪਾ ਦ੍ਰਿਸ਼ਟੀ ਕੀਤੀ, ਸਾਧ ਸਿੰਘ ਕਿਰਪਾ ਦ੍ਰਿਸ਼ਟੀ ਕਰਨ ਦੀ ਦੇਰ ਸੀ, ਹੋਰ ਦਾ ਹੋਰ ਹੀ ਕੋਈ ਠਾਠ ਵੱਜ ਗਿਆ, ਮਸਤੀ ਵਿੱਚ ਇਉਂ ਫਿਰ ਪੁਕਾਰ ਉੱਠੇ, ਕੱਚ ਕੱਚ ਤੋਂ ਬਣ ਗਿਆ ਸੋਨਾ, ਗੁਰਾਂ ਦੇ ਮੈਂ ਚਰਨ ਲੱਗ, ਕੱਚੇ ਕੱਚ ਤੋਂ ਬਣ ਗਿਆ, ਗੁਰਾਂ ਦੇ ਮੈਂ ਚਰਨ ਲੱਗ ਗਏ,
ਵਿੱਚੋਂ ਕੰਚਨ ਪਿਆ। ਸ਼ਬਦ ਗੁਰੂ ਸਰਵਣੇ ਸੁਣਿਆ। ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰਮੁਖ ਪਣਿਓ, ਲੋਹੋਂ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੇ, ਪਾਹਣ ਮਾਣ ਕਰੇ ਕਹਿਓ ਗੁਰ ਗਿਆਨ ਵਿਚਾਰੇ। ਜਦੋਂ ਨਦਰ ਗੁਰਾਂ ਨੇ ਧਾਰੀ, ਲੋਹੇ ਤੋਂ ਮੈਂ ਲਾਲ ਹੋ ਗਿਆ। ਨਦਰ ਗੁਰਾਂ ਨੇ ਲੋਹੇ ਤੋਂ ਮੈਂ ਲਾਲ ਹੋ ਗਿਆ। ਸੇਵਾ ਦਾ ਫਲ ਅੱਜ ਬਾਬਾ ਅਮਰਦਾਸ ਗੁਰੂ ਅਮਰਦਾਸ ਬਣ ਗਏ, ਤੀਸਰੇ ਗੁਰੂ ਨਾਨਕ ਬਣ ਗਏ, ਬੇਅੰਤ ਸ਼ਕਤੀਆਂ ਸੰਪੰਨ ਹੋ ਗਏ, ਬੇਅੰਤ ਦੁਨੀਆਂ ਦਾ ਉਧਾਰ ਕੀਤਾ। ਯਾਨੀ ਸੇਵਾ ਦਾ ਫਲ ਕਲੂ ਕਾਲ ਦੇ ਵਿੱਚ ਸੇਵਾ ਪਰਮ ਤਪੱਸਿਆ ਸਿਰ ਤਪਾਂ ਦੇ ਤਪ ਦਸੀ ਹੈ। ਸੇਵਾ ਅਤੇ ਭਜਨ ਦੋ ਚੀਜ਼ਾਂ ਉਸ ਮਰਾਤਵੇ ਤੋਂ ਵੀ ਉੱਚਾ ਲੈ ਜਾਂਦੀਆਂ ਹਨ ਜਿਸ ਮਰਾਤਵੇ 'ਤੇ ਪਹਿਲੇ ਪ੍ਰਾਣਾਯਾਮੀ ਔਰ ਕਠਨ ਤਪਸਵੀ ਪਹੁੰਚਦੇ ਸਨ। ਅਤੇ ਗੁਰੂ ਜੀ ਇਉਂ ਫਰਮਾਉਂਦੇ, ਅੱਧਾ ਅੱਧਾ ਬੋਲੇ ਭਾਈ। ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਦਾ ਫਲ
ਇਹਦੀ ਬਾਬਤ ਵਿਚਾਰ ਸੇਵਾ ਕਿਸ ਮੁਰਾਦ ਉੱਤੇ ਲੈ ਜਾਂਦੀ ਹੈ। ਹੁਣ ਗੁਰੂ ਸਤਿਤਰ ਪੜੋ। ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ। ਸਤਿਨਾਮ ਸ੍ਰੀ ਵਾਹਿਗੁਰੂ ਬੋਲ, ਸਤਿਨਾਮ ਸ੍ਰੀ ਵਾਹਿਗੁਰੂ ਬੋਲ।
ਵਾਹਿਗੁਰੂ 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 ਵਾਹਿਗੁਰੂ।